ਜਿਹੜੇ ਲੋਕਾਂ ਨੇ ਭਗਤ ਸਿੰਘ ਨੂੰ ਪੇਸ਼ ਕੀਤਾ ਵੀ ਉਹਦੇ ਹੱਥ 'ਚ ਇੱਕ ਪਿਸਤੌਲ ਹੈ ਤੇ ਬੜਾ ਉਹ ਮਤਲਬ ਹਾਂ ਸਖਤ ਤੇ ਬੰਦਾ ਹੈਗਾ ਜਿਹੜਾ ਕਿਰਦਾਰ ਭਗਤ ਸਿੰਘ ਦਾ ਹੈ ਜਿਹੜਾ ਅਸੀਂ ਪੜ੍ਹ ਕੇ ਮਹਿਸੂਸ ਕਰ ਸਕਦੇ ਹਾਂ ਜਿਹੜਾ ਦਿਖਾਇਆ ਜਾ ਰਿਹਾ ਉਹ ਕੁਛ ਹੋਰ ਹੈ ਉਸ ਬੰਦੇ ਨੇ ਭੁੱਖ ਹੜਤਾਲ ਕੀਤੀ ਵੀ ਅਸੀਂ ਇਸ ਦੇਸ਼ ਦੇ ਵਾਸੀ ਹਾਂ ਇਸ ਦੇਸ਼ ਦਾ ਅਸੀਂ ਅੰਨ ਉਗਾਉਣੇ ਆ ਸਾਨੂੰ ਚੰਗੀ ਰੋਟੀ ਚਾਹੀਦੀ ਹੈ ਸਾਨੂੰ ਅਖਬਾਰ ਚਾਹੀਦਾ ਸਾਨੂੰ ਕਿਤਾਬਾਂ ਚਾਹੀਦੀਆਂ ਨੇ ਡਾਂਗ ਦੇ ਜ਼ੋਰ ਤੇ ਅੜਕੇ ਜੀ ਮਤਲਬ ਜੇਲ੍ਹ ਅਧਿਕਾਰੀ ਥਰ ਥਰ ਕੰਬਦੇ ਸੀ ਵੀ ਯਾਰ ਇਹ ਕਿਹੋ ਜਿਹਾ ਮੁੰਡਾ ਆ ਗਿਆ ਇਹ ਵੀ ਪਹਿਲਾਂ ਤਾਂ ਕਦੇ ਹੋਇਆ ਨਹੀਂ ਵੀ ਕਿਸੇ ਨੇ ਇੱਦਾਂ ਮੰਗਿਆ ਹੋਵੇ ਉਹ ਜੇਲਰ ਕਹਿੰਦਾ ਤੈਨੂੰ ਪਤਾ ਕਿਹਨਾਂ ਨੇ ਆਉਣਾ ਸਰਦਾਰ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਆਉਣਾ ਰਾਜਗੁਰੂ ਤੇ ਸੁਖਦੇਵ ਕਹਿੰਦਾ ਇਹ ਕੌਣ ਨੇ ਉਹ ਕਹਿੰਦਾ ਸਰਕਾਰ ਦੀ ਨਜ਼ਰ 'ਚ ਤਾਂ ਅੱਤਵਾਦੀ ਨੇ ਪਰ ਲੋਕ ਇਹਨਾਂ ਨੂੰ ਸੁਤੰਤਰਤਾ ਸੰਗਰਾਮੀ ਤੇ ਦੇਸ਼ ਭਗਤ ਕਹਿ ਰਹੀ ਹੈ ਜੇ ਨੌਜਵਾਨ ਲੰਮੀਆਂ ਤਾਣ ਕੇ ਸੌਂ ਗਏ ਦੇਸ਼ ਲਈ ਕੌਣ ਮਰ ਮਿਟੂਗਾ ਫਾਂਸੀ ਲੱਗਣ ਦੀ ਸੂਰਤ ਵਿੱਚ ਹਿੰਦੁਸਤਾਨੀ ਮਾਵਾਂ ਸਦਾ ਚਾਹੁਣਗੀਆਂ ਕਿ ਉਹਨਾਂ ਦੇ ਪੁੱਤ ਵੀ ਭਗਤ ਸਿੰਘ ਜਿਹੇ ਬਣਨ ਉਹਨੇ ਲੋਕਾਂ ਦੇ ਅੰਦਰੋਂ ਮੌਤ ਦਾ ਡਰ ਕੱਢਣ ਦੇ ਲਈ ਫਾਂਸੀ ਦਾ ਰੱਸਾ ਚੁੰਮਿਆ ਦੇਖੋ ਭਗਤ ਸਿੰਘ ਲਈ ਆਜ਼ਾਦੀ ਦਾ ਸਵਾਲ ਨਹੀਂ ਸੀ ਭਗਤ ਸਿੰਘ ਨੇ ਆਪਣੀ ਜੇਲ੍ਹ ਡਾਇਰੀ ਦੇ ਵਿੱਚ ਲਿਖਿਆ ਕਹਿੰਦਾ ਵੀ ਆਜ਼ਾਦੀ ਤਾਂ ਆਊਗੀ ਪਰ ਸਵਾਲ ਇਹ ਹੈ ਵੀ ਆਜ਼ਾਦੀ ਕੈਸੀ ਆਊਗੀ ਕਾਣੀ ਆਜ਼ਾਦੀ ਤਾਂ ਨਹੀਂ ਆਊਗੀ ਕਿਤੇ ਆਜ਼ਾਦੀ ਆਊਗੀ ਗੋਰੇ ਚਲੇ ਜਾਣਗੇ ਪਰ ਉਹਨਾਂ ਦੇ ਭੇਸ 'ਚ ਕਾਲੇ ਲੋਕ ਰਹਿ ਜਾਣਗੇ ਉਹ ਕਿਹੜਾ ਗਲਾ ਰੱਬ ਹੈ ਜਿਹੜਾ ਸਾਨੂੰ ਪੈਦਾ ਕਰਕੇ ਸਾਨੂੰ ਮਰਨ ਲਈ ਮਜਬੂਰ ਕਰ ਦਿੰਦਾ ਸੜਨ ਲਈ ਮਜਬੂਰ ਕਰਦਾ ਕਹਿੰਦਾ ਮੈਂ ਇਹੋ ਜਿਹੇ ਰੱਬ ਨੂੰ ਨਹੀਂ ਮੰਨਦਾ ਮੈਂ ਨਾਸਤਕ ਹਾਂ ਮੈਂ ਇਸ ਰੱਬ ਨੂੰ ਨਹੀਂ ਮੰਨਦਾ ਜਿਹੜਾ ਲੋਕਾਂ ਨੂੰ ਗੁਲਾਮੀ ਇਸੇ ਕਰਕੇ ਮਤਲਬ ਕੋਈ ਕਦੇ ਕੋਈ ਲੀਡਰ ਕਹਿੰਦਾ ਭਗਤ ਸਿੰਘ ਅੱਤਵਾਦੀ ਇਸ ਕਰਕੇ ਭਗਤ ਸਿੰਘ ਅੱਜ ਵੀ ਜਿਹੜੇ ਲੋਕ ਸੋਚਣਾ ਚਾਹੁੰਦੇ ਉਹਨਾਂ ਲਈ ਚਿੰਤਨ ਦਾ ਵਿਸ਼ਾ ਹੈ ਤੇ ਜਿਹੜੇ ਲੋਕਾਂ ਨੂੰ ਸੋਚਣਾ ਬੰਦ ਕਰਨਾ ਚਾਹੁੰਦੇ ਆ ਉਹਨਾਂ ਲਈ ਚਿੰਤਾ ਦਾ ਵਿਸ਼ਾ ਹੈ ਭਗਤ ਸਿੰਘ ਐਡਾ ਵੱਡਾ ਕਰੈਕਟਰ ਹੈ ਵੀ ਜਦੋਂ ਉਹਨੂੰ ਪੜ੍ਹਦੇ ਆ ਨਾ ਉਹ ਤੁਹਾਨੂੰ ਦਲੇਰ ਕਰਦਾ ਹੈ ਪਿਸਟਲ ਵਾਲਾ ਭਗਤ ਸਿੰਘ ਪੇਸ਼ ਕੀਤਾ ਜਾ ਰਿਹਾ ਹੈ ਉਹ ਕਹਿੰਦਾ ਵੀ ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਬੰਬ ਤੇ ਪਿਸਤੌਲ ਨਾਲ ਆਜ਼ਾਦੀ ਨਹੀਂ ਲਿਆਂਦੀ ਜਾ ਸਕਦੀ ਜਦੋਂ ਉਹਨੇ ਸਾਂਡਰਸ ਦਾ ਕਤਲ ਹੋਇਆ ਸੀ ਤਾਂ ਭਗਤ ਸਿੰਘ ਰਾਤ ਨੂੰ ਆ ਕੇ ਰੋਇਆ ਸੀ ਇਹ ਹਿਸਟਰੀ ਦੇ ਦਸਤਾਵੇਜ਼ਾਂ ਵਿੱਚ ਦਰਜ ਹੈ ਫਿਰ ਉਹਨੂੰ ਦੱਸਦਾ ਵੀ ਇਹ ਉਹ ਬੰਦੇ ਆ ਜਿਨ੍ਹਾਂ ਨੇ ਬਦਲਾ ਲਿਆ ਸਾਂਡਰਸ ਤੇ ਗੋਲੀ ਮਾਰੀ ਹੈ ਜੀ ਤੇ ਉਹ ਡਰ ਜਾਂਦਾ ਹੁਣ ਉਹ ਡਰ ਜਾਂਦਾ ਉਹਨੂੰ ਇਹ ਹੁੰਦਾ ਵੀ ਭਗਤ ਸਿੰਘ ਜਿਹੜਾ ਬੰਦਾ ਗੋਲੀ ਕੱਢ ਮਾਰਦਾ ਉਹ ਖਤਰਨਾਕ ਅੱਤਵਾਦੀ ਹੋਊਗਾ ਬਚਪਨ ਵਿੱਚ ਮੇਰੀ ਮਾਂ ਨੇ ਮੇਰਾ ਗੰਦ ਚੁੱਕਿਆ ਤੇ ਜਵਾਨੀ 'ਚ ਤੈਨੂੰ ਚੁੱਕਣਾ ਪੈ ਰਿਹਾ ਮੈਂ ਆਪਣੀ ਮਾਂ ਨੂੰ ਪਿਆਰ ਨਾਲ ਬੇਬੇ ਕਹਿਣਾ ਤੂੰ ਵੀ ਤਾਂ ਮੇਰੀ ਬੇਬੇ ਹੋਈ ਨਾ ਉਹਦੀ ਅੱਖ ਭਰ ਆਉਂਦੀ ਹੈ ਕਹਿੰਦਾ ਨਹੀਂ ਸਰ ਵੀ ਮੈਨੂੰ ਲੱਗਦਾ ਸਰਦਾਰ ਆ ਤੇਰੀ ਫਾਂਸੀ ਦੀ ਸਜ਼ਾ ਟਲ ਜੂਗੀ ਭਗਤ ਸਿੰਘ ਕਹਿੰਦਾ ਨਹੀਂ ਕਹਿੰਦਾ ਉਹ ਕਹਿ ਮੈਂ ਨਹੀਂ ਚਾਹੁੰਦਾ ਮੇਰੀ ਫਾਂਸੀ ਦੀ ਸਜ਼ਾ ਟਲੇ ਦੇਖ ਕਹਿੰਦਾ ਲੋਕ ਕਿਵੇਂ ਜ਼ਿੰਦਗੀ ਨੂੰ ਪਿਆਰ ਕਰਦੇ ਆ ਜੀਣਾ ਚਾਹੁੰਦੇ ਆ ਇਸੇ ਲਈ ਤਾਂ ਲੜ ਰਹੇ ਆ ਉਹ ਮੈਂ ਸੋਚਦਾ ਮੇਰੀ ਮੌਤ ਇਸ ਜ਼ਿੰਦਗੀ ਦਾ ਕੁਛ ਸਵਾਰ ਜਾਵੇ ਤਾਂ ਆਪਣੀ ਮਾਂ ਨੂੰ ਮਿਲਦਾ ਹੈਗਾ ਪੈਰੀਂ ਹੱਥ ਲਾਉਂਦਾ ਅਤੇ ਉਹ ਮਾਂ ਕਹਿੰਦੀ ਆ ਕਹਿੰਦੀ ਕਹਿੰਦੀ ਪੁੱਤ ਇਹ ਕਿਹੜੀ ਉਮਰ ਦੀਆਂ ਉਦਾਸੀਆਂ ਨੇ ਇਸੇ ਉਮਰ 'ਚ ਖਾਣ ਪੀਣ ਮੁਕਾ ਲਿਆ ਕਹਿੰਦੀ ਪੁੱਤ ਮੈਂ ਤਾਂ ਇਹੀ ਸੁਣਦੀ ਹਾਂ ਮੈਂ ਅਜੀਤ ਸਿੰਘ ਨੂੰ ਤੋਰਿਆ ਤੇਰੇ ਚਾਚੇ ਨੂੰ ਸਵਰਨ ਸਿੰਘ ਦੀ ਲਾਸ਼ ਮੈਂ ਹੱਥੀ ਸੰਭਾਲੀ ਹੈ ਅਤੇ ਹੁਣ ਮੈਂ ਤੈਨੂੰ ਜਾਂਦਾ ਦੇਖ ਰਹੀ ਹਾਂ ਕਹਿੰਦਾ ਉਹਨੇ ਚਾਰ ਵਾਰੇ ਸੀ ਇੱਕ ਵਾਰ ਦੇ ਤੂੰ ਮਾਂ ਇੱਕ ਗੱਲ ਹੋਰ ਸੁਣ ਲਾ ਮਾਂ ਮੁੜਦੀ ਹੈ ਅਤੇ ਭਗਤ ਸਿੰਘ ਕਹਿੰਦਾ ਮਾਂ ਲਾਸ਼ ਲੈਣ ਨਾ ਆਵੀਂ ਤੂੰ ਉਹਦੀਆਂ ਅੱਖਾਂ ਭਰ ਆਉਂਦੀਆਂ ਇੱਕਦਮ ਭੁੱਪ ਨਿਕਲ ਜਾਂਦੀ ਮਾਂ ਦੀ ਮਾਂ ਨੂੰ ਗੱਲ ਆ ਕਹਿੰਦਾ ਮਾਂ ਤੂੰ ਇਸੇ ਤਰ੍ਹਾਂ ਰੋਪੀ ਨਹੀਂ ਜੇ ਤੂੰ ਰੋਪੀ ਨਾ ਤੈਨੂੰ ਦੇਖ ਕੇ ਲੱਖਾਂ ਮਾਵਾਂ ਦਾ ਜਿਗਰਾ ਟਹਿ ਜੂਗਾ ਮਾਂ ਐਂ ਕਰਕੇ ਹੰਝੂ ਪੂੰਝਦੀ ਮੁਸਕਰਾਉਂਦੀ ਕਹਿੰਦੀ ਪੁੱਤ ਨਹੀਂ ਰੋਂਦੀ ਕਹਿੰਦੀ ਕਹਿੰਦੀ ਜੁਗ ਜੁਗ ਜੀ ਜਵਾਨੀ ਆ ਮਾਂ ਕਹਿੰਦਾ ਮੈਂ ਜੁਗ ਜੁਗ ਜੀਵਾਂਗਾ ਸਦਾ ਜਵਾਨ ਰਹਾਂਗਾ ਤੁਸੀਂ ਦੇਖੋ ਕਿ ਉਹਦਾ ਵਿਜ਼ਨ ਹੈ ਅੱਜ ਵੀ ਭਗਤ ਸਿੰਘ 23 ਸਾਲ ਦਾ ਮੁੰਡਾ ਹੈ ਬੁੱਕਮਾਰਕ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਹਮੇਸ਼ਾ ਹੀ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਕਿਤਾਬ ਕਹਾਣੀ ਦੀ ਹੋਵੇ ਕਵਿਤਾ ਦੀ ਹੋਵੇ ਨੋਵਲ ਹੋਵੇ ਜਾਂ ਨਾਟਕ ਹੋਵੇ ਉਸਦਾ ਜ਼ਿਕਰ ਕਰਦੇ ਰਹਿੰਦੇ ਹਾਂ ਅੱਜ ਅਸੀਂ ਨਾਟਕ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਟਕ ਹੈ ਦਵਿੰਦਰ ਦਮਨ ਹੋਣਾ ਦਾ ਲਿਖਿਆ ਹੋਇਆ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਹੀ ਪਿੰਡ ਹੋਊਗਾ ਜਿੱਥੇ ਇਹ ਨਾਟਕ ਨਾ ਖੇਡਿਆ ਗਿਆ ਹੋਵੇ ਜਾਂ ਪਿੰਡ ਦੇ ਲੋਕਾਂ ਨੇ ਇਸ ਨਾਟਕ ਨੂੰ ਨਾ ਦੇਖਿਆ ਹੋਵੇ ਨਾਟਕ ਹੈ ਛਿਪਨ ਤੋਂ ਪਹਿਲਾਂ ਨਾਟਕ ਬੜਾ ਗੰਭੀਰ ਨਾਟਕ ਹੈ ਕਈ ਵਾਰੀ ਪਿੰਡਾਂ ਦੇ ਵਿੱਚ ਹੁੰਦਾ ਅਤੇ ਕਈ ਵਾਰੀ ਮੈਂ ਅਕਸਰ ਕਹਿੰਦਾ ਹੁੰਦਾ ਕਿ ਗੱਲਾਂ ਜਿਹੜੀਆਂ ਤਰਕ ਵਾਲੀਆਂ ਹੁੰਦੀਆਂ ਨੇ ਜਾਂ ਵਿਚਾਰ ਦੀਆਂ ਹੁੰਦੀਆਂ ਨੇ
वो उपर दी भी लंघ जांदियां ने। आज साडे नाल होणगे फिल्मी अदाकार ते थिएटर दी मकबूल हस्ती ने बलविंदर बुलट, मेरे बड़े प्यारे मित्र ने। बलविंदर जी स्वागत है, बहुत बहुत किवें ठीक हो? वधिया, सेहत ठीक ने? अच्छा थिएटर वाले, चलो आपां दोनों ही थिएटर वाले आ, अक्सर कह रहे हैं थिएटर वाले वैसे तो चलो हुंदे ही ड्रामेबाज आ, हसना बहुत जरूरी है। अजकल डिप्रैशन बहुत हो गई है बंदियां नूं, लगदा तुहानूं? ਮੈਨੂੰ ਲੱਗਦਾ ਵੀ ਜਿਹੜਾ ਬੰਦਾ ਹੱਸਦਾ ਨਾ ਅੱਜ ਕੱਲ੍ਹ ਲੋਕ ਉਹਨੂੰ ਕੌੜਾ ਝਾਕਦੇ ਆ ਵੀ ਹੱਸਦਾ ਵੀ ਇਹਨੂੰ ਕੀ ਲੱਭ ਗਏ ਦੰਦ ਜੇ ਕੱਢੀ ਜਾਂਦਾ ਇਹ ਉਹ ਜਿਵੇਂ ਬਾਈ ਸਾਹਿਬ ਕਹਿੰਦੇ ਖੁੱਲ੍ਹ ਕੇ ਹੱਸਣਾ ਹੀ ਬੰਦ ਕਰ ਗਏ ਨੇ ਹੁਣ। ਹਾਂ ਜਿਵੇਂ ਮੈਂ ਕਹਾਂ ਨਾ ਵੀ ਜੇ ਮੈਂ ਖੁੱਲ੍ਹ ਕੇ ਹੱਸੂੰਗਾ, ਜੇ ਮੈਂ ਆਫਿਸ 'ਚ ਬੈਠਾਂ ਤਾਂ ਆਲੇ ਦੁਆਲੇ ਯਾਰ ਇਹਨੂੰ ਅਗਲੀ ਨਹੀਂ ਹੈ ਯਾਰ, ਇਹ ਖੁੱਲ੍ਹ ਕੇ ਨਹੀਂ, ਖੁੱਲ੍ਹ ਕੇ ਹੱਸ ਰਿਹਾ ਹੈਗਾ। ਮਤਲਬ ਇੱਕ ਨਾ ਕੋਡ ਆਫ ਐਥਿਕਸ ਜਿਹਾ ਬਣ ਗਿਆ ਵੀ ਇਹ ਤੁਸੀਂ ਹੱਸਣਾ ਵੀ ਆ ਨਾ ਥੋੜ੍ਹਾ ਸਟੇਟਸ 'ਚ ਹੱਸੋ, ਸਟੇਟਸ 'ਚ ਵੀ ਲਹਿਜੇ 'ਚ ਇੰਨਾ ਕੁ ਮੋਢਾ ਵੀ ਨਹੀਂ ਰਿਹਾ, ਇੰਨੀ ਗੱਲ ਹਿੱਸੇ, ਜਿੰਨੀ ਤੁਹਾਡੀ ਗੱਲ ਘੱਟ ਹਿੱਸੂਗੀ ਉਹਨਾਂ ਤੁਹਾਡਾ ਵੱਡਾ ਸਟੇਟਸ ਹੈ। ਜੇ ਤੁਸੀਂ ਵਾਹ ਖੁੱਲ੍ਹ ਕੇ ਹੱਸ ਗਏ ਉਹ ਯਾਰ ਬੰਦਾ ਗਵਾਰ ਹੋ, ਗਵਾਰ ਹੋ। ਉਹੀ ਚੀਕਾਂ ਮਾਰਨੀਆਂ ਜਿਵੇਂ ਆਪਾਂ ਕਹਿੰਦੇ ਖੇਤਾਂ 'ਚ ਪਹਿਲਾਂ ਹਾਕਾਂ ਮਾਰਦੇ ਸੀ ਲੋਕ, ਹਾਂ, ਤੇ ਹਾਕ ਤਾਂ ਹੁਣ ਮੋਬਾਈਲ 'ਚ ਹੀ ਰਹਿ ਗਈ, ਬੰਦਾ ਕਹਿੰਦਾ ਮੋਬਾਈਲ 'ਤੇ ਮੈਸੇਜ ਪਾ ਦਿੰਦੇ ਆ। ਬਿਲਕੁਲ, ਹੈਂ, ਹੁਣ ਇਹੀ ਗੱਲ ਹੁਣ ਜਿਵੇਂ ਆਪਾਂ ਕਿਤਾਬ ਦੀ ਗੱਲ ਕਰਦੇ ਹਾਂ, ਭਗਤ ਸਿੰਘ ਬਾਰੇ ਗੱਲ ਕਰਦੇ ਹਾਂ, ਵੀ ਹੁਣ ਆਪਾਂ ਨਾਟਕਾਂ ਦੇ ਵਿੱਚ ਜਾਂ ਪੰਜਾਬ ਦੇ ਜਿਹੜੇ ਲੋਕਾਂ ਨੇ ਭਗਤ ਸਿੰਘ ਨੂੰ ਪੇਸ਼ ਕੀਤਾ ਵੀ ਉਹਦੇ ਹੱਥ 'ਚ ਇੱਕ ਪਿਸਤੌਲ ਹੈ ਤੇ ਬੜਾ ਉਹ ਮਤਲਬ ਸਖਤ ਤੇ ਰਵੰਦਾ ਹੈਗਾ। ਭਗਤ ਸਿੰਘ ਬਾਰੇ ਦੋ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਇੱਕ ਤਾਂ ਰਸਗੁੱਲੇ ਖਾਣ ਦਾ ਬਹੁਤ ਸ਼ੌਕੀਨ ਸੀ ਜੀ, ਇੱਕ ਉਹ ਫਿਲਮਾਂ ਦੇਖਣ ਦਾ ਬਹੁਤ ਸ਼ੌਕੀਨ ਸੀ। ਕਈ ਵਾਰੀ ਇਹ ਹੁੰਦਾ ਸੀ ਕਿ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਆਹ ਤੁਹਾਨੂੰ ਪੈਸੇ ਦਿੱਤੇ ਆ ਵੀ ਜਾਓ ਫਲਾਣਾ ਕੰਮ ਕਰਕੇ ਆਓ, ਉਹ ਫਿਲਮ ਦੇਖ ਆਉਂਦੇ ਤੇ ਫਿਲਮ ਦੇਖ ਆਉਂਦਾ ਮਤਲਬ ਜਿਹੜਾ ਕਰੈਕਟਰ ਜਿਹੜਾ ਕਿਰਦਾਰ ਭਗਤ ਸਿੰਘ ਦਾ ਹੈ, ਹਾਂ, ਜਿਹੜਾ ਅਸੀਂ ਪੜ੍ਹ ਕੇ ਮਹਿਸੂਸ ਕਰ ਸਕਦੇ ਹਾਂ ਜਿਹੜਾ ਦਿਖਾਇਆ ਜਾ ਰਿਹਾ ਉਹ ਕੁਛ ਹੋਰ ਹੈ। ਉਹ ਕਾਰਨ ਕੀ ਹੈ ਕਿ ਸਾਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਨਾ ਵੀ ਜਿਹੜੇ ਜੂਝਦੇ ਹੋਣਗੇ ਜਾਂ ਜਿਹੜੇ ਆਏ ਹੋਣਗੇ ਉਹ ਸਦਾ ਸੀਰੀਅਸ ਹੀ ਰਹਿੰਦੇ ਹੋਣਗੇ, ਵੀ ਮੈਂ ਕਹਿੰਦਾ ਉਹਨਾਂ ਨੂੰ ਸਰਵਾਈਕਲ ਹੋ ਜਾਂਦਾ ਜਿਹੜੇ ਬੰਦੇ ਐਂ ਰਹਿੰਦੇ ਹੋਣਗੇ। ਤੇ ਮਤਲਬ ਭਗਤ ਸਿੰਘ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਕਿ ਵੀ ਉਹ ਬੰਦਾ ਮਜ਼ਾਕੀਆ ਬਹੁਤ ਸੀ ਜੀ, ਤੇ ਜਿਵੇਂ ਜੇਲ੍ਹ ਦੇ ਵਿੱਚ ਉਹਦੀ ਖਾਸੀਅਤ ਸੀ ਵੀ ਉਹ ਜਿਵੇਂ ਕੈਦੀ ਸੀ ਉਹ ਖਾਣਾ ਖਾ ਲੈਂਦੇ ਸੀ, ਤਾਂ ਉਸ ਬੰਦੇ ਨੇ ਭੁੱਖ ਹੜਤਾਲ ਕੀਤੀ ਵੀ ਅਸੀਂ ਇਸ ਦੇਸ਼ ਦੇ ਵਾਸੀ ਹਾਂ, ਇਸ ਦੇਸ਼ ਦਾ ਅਸੀਂ ਅੰਨ ਉਗਾਉਣਾ, ਸਾਨੂੰ ਚੰਗੀ ਰੋਟੀ ਚਾਹੀਦੀ ਹੈ, ਸਾਨੂੰ ਅਖਬਾਰ ਚਾਹੀਦਾ, ਸਾਨੂੰ ਕਿਤਾਬਾਂ ਚਾਹੀਦੀਆਂ। ਉਹਨੇ ਡਾਂਗ ਦੇ ਜ਼ੋਰ ਤੇ ਅੜਕੇ ਜੀ, ਮਤਲਬ ਜੇਲ੍ਹ ਅਧਿਕਾਰੀ ਥਰ ਥਰ ਕੰਬਦੇ ਸੀ ਵੀ ਯਾਰ ਇਹ ਕਿਹੋ ਜਿਹਾ ਮੁੰਡਾ ਆ ਗਿਆ ਇਹ, ਵੀ ਪਹਿਲਾਂ ਤਾਂ ਕਦੇ ਹੋਇਆ ਨਹੀਂ ਵੀ ਕਿਸੇ ਨੇ ਇੱਦਾਂ ਮੰਗਿਆ ਹੋਵੇ ਵੀ ਰੋਟੀਆਂ ਤੇ ਕਿਤਾਬਾਂ। ਹਾਂ ਹਾਂ ਹਾਂ, ਵੀ ਸਾਨੂੰ ਚੰਗੀ ਰੋਟੀ ਚਾਹੀਦੀ ਹੈ, ਖਾਣਾ ਚਾਹੀਦਾ ਹੈ, ਨਾਲ ਕਿਤਾਬਾਂ ਕਿਤਾਬਾਂ ਚਾਹੀਦੀਆਂ ਨੇ। ਮਤਲਬ ਉਹ ਬੰਦਾ ਇਹ ਕਹਿੰਦਾ ਸੀ ਵੀ ਜੇ ਸਾਨੂੰ ਜੀਵਨ ਮਿਲਿਆ, ਹੁਣ ਮੇਨ ਗੱਲ ਆਉਂਦੀ ਹੈ ਨਾ ਕਿ ਜਦੋਂ ਨਾਟਕ ਦੇ ਹਵਾਲੇ 'ਚ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਇੱਕ ਪਾਸੇ ਪੂਰਾ ਮਾਹੌਲ ਬਣਿਆ ਹੋਇਆ, ਨਾਟਕ ਇੱਥੋਂ ਸ਼ੁਰੂ ਹੁੰਦਾ ਹੈ ਛਿਪਣ ਤੋਂ ਪਹਿਲਾਂ ਦਵਿੰਦਰ ਦਮਨ ਦਾ ਲਿਖਿਆ ਹੋਇਆ ਕਿ ਜੇਲ੍ਹ ਦਾ ਸੀਨ ਹੈ, ਇੱਕ ਬੰਦਾ ਉਹ ਜਿਹੜਾ ਝਾੜੂ ਕਰਾਈ ਵਾਲਾ ਬੰਦਾ, ਇੱਕ ਮਾਤੜ ਬੰਦਾ, ਉਹਦਾ ਕਰੈਕਟਰ ਬੋਗਾ, ਬੋਗਾ ਉਹਦਾ ਨਾਮ, ਹੁਣ ਝਾੜੂ ਲਾਈ ਜਾਂਦਾ ਉਹ ਹੈਰਾਨ ਹੈ ਵੀ ਯਾਰ ਅੱਜ ਮਤਲਬ ਭੱਜਣਾ ਪੈ ਰੱਖੀਆਂ ਨੇ, ਕੋਈ ਕਹਿੰਦਾ ਇੱਥੇ ਮੰਜਾ ਲਾ ਦੋ, ਇੱਥੇ ਘੜਾ ਨਹੀਂ ਰੱਖਿਆ, ਨਹੀਂ ਰੱਖਿਆ, ਉਹ ਕਹਿੰਦਾ ਜਨਾਬ ਪਹਿਲਾਂ ਤਾਂ ਕਿੱਦਾਂ ਕੋਈ ਬੰਦਾ, ਪਹਿਲਾਂ 20 ਕੈਦੀ ਆਏ, 20 ਗਏ, ਇੱਥੇ ਕਦੇ ਹੋਇਆ ਨਹੀਂ। ਉਹ ਜੇਲਰ ਕਹਿੰਦਾ, ਕਹਿੰਦਾ ਤੈਨੂੰ ਪਤਾ ਕਿਹਨਾਂ ਨੇ ਆਉਣਾ, ਸਰਦਾਰ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਆਉਣਾ, ਰਾਜਗੁਰੂ ਤੇ ਸੁਖਦੇਵ ਜੀ। ਕਹਿੰਦਾ ਇਹ ਕੌਣ ਨੇ? ਉਹ ਕਹਿੰਦਾ ਸਰਕਾਰ ਦੀ ਨਜ਼ਰ 'ਚ ਤਾਂ ਅੱਤਵਾਦੀ ਨੇ, ਪਰ ਲੋਕ ਇਹਨਾਂ ਨੂੰ ਸੁਤੰਤਰਤਾ ਸੰਗਰਾਮੀ ਤੇ ਦੇਸ਼ ਭਗਤ ਕਹਿ ਰਹੀ ਹੈ। ਉਹ ਕਹਿੰਦਾ ਯਾਰ ਐਸੇ ਕੌਣ ਹੋਏ? ਉਹ ਫਿਰ ਦੱਸਦਾ ਵੀ ਇਹ ਉਹ ਬੰਦੇ ਆ ਜਿਹਨਾਂ ਨੇ ਸਾਂਡਰਸ ਦਾ ਬਦਲ, ਜੇਲਰ ਉਸ ਜਿਹੜਾ ਝਾੜੂ ਕਰਨ ਵਾਲਾ ਬੰਦਾ ਬੋਗਾ ਉਹਦੇ ਨਾਲ ਵਿਚਾਰ ਕਰ। ਹਾਂ ਹਾਂ ਹਾਂ, ਤੇ ਬੋਗਾ ਹੈਰਾਨ ਹੈ ਵੀ ਯਾਰ ਐਡੀ ਕਿਹੜੀ ਗੱਲ ਹੋ ਗਈ ਇਹ। ਫਿਰ ਉਹਨੂੰ ਦੱਸਦਾ ਵੀ ਇਹ ਉਹ ਬੰਦੇ ਆ ਜਿਹਨਾਂ ਨੇ ਬਦਲਾ ਲਿਆ, ਸਾਂਡਰਸ ਤੇ ਗੋਲੀ ਮਾਰੀ ਹੈ ਜੀ, ਤੇ ਉਹ ਡਰ ਜਾਂਦਾ। ਹੁਣ ਉਹ ਡਰ ਜਾਂਦਾ, ਉਹਨੂੰ ਇਹ ਹੁੰਦਾ ਵੀ ਭਗਤ ਸਿੰਘ ਜਿਹੜਾ ਬੰਦਾ ਗੋਲੀ ਕੱਢ ਮਾਰਦਾ ਉਹ ਖਤਰਨਾਕ ਅੱਤਵਾਦੀ ਹੋਊਗਾ, ਖਤਰਨਾਕ ਅੱਤਵਾਦੀ ਹੋਊਗਾ। ਤੇ ਜਦੋਂ ਭਗਤ ਸਿੰਘ ਜੇਲ੍ਹ ਦੇ ਵਿੱਚ ਐਂਟਰ ਹੁੰਦਾ, ਭਗਤ ਸਿੰਘ ਬੜੇ ਮੌਜ ਦੇ ਨਾਲ ਐਂਟਰ ਹੁੰਦਾ, ਉਹਦੇ ਹੱਥ 'ਚ ਕਿਤਾਬ ਹੈ, ਆਰਾਮ ਨਾਲ ਕਿਤਾਬ ਰੱਖਦਾ ਹੈ, ਤੇ ਉਹ ਜੇਲਰ ਨੂੰ ਦੇਖਦਾ ਵੀ ਕੀ ਗੱਲ, ਬੜੇ ਉਦਾਸ ਹੋ। ਹੁਣ ਉਹ ਵੱਡਾ ਜਿਹੜਾ ਜੇਲਰ ਨਾਲ ਅਫਸਰ ਆਇਆ ਹੋਇਆ ਤੇ ਉਹ ਬੜਾ ਉਦਾਸ ਹੈ, ਉਹ ਇੱਕ ਉਹਦੇ ਬਾਪ ਦੀ ਉਮਰ ਦਾ ਇੱਕ ਬੰਦਾ, ਉਹ ਸੋਚੀ ਪਿਆ ਹੋਇਆ, ਉਸ ਦੇਖਦਾ ਵੀ ਐਡਾ ਯਾਰ ਸੋਹਣਾ ਸੁਨੱਖਾ ਗੱਭਰੂ ਇਹ, 22-23 ਸਾਲ ਦੀ ਉਮਰ ਹੈ ਜੀ। ਉਹ ਕਹਿੰਦਾ ਬਰਖੁਰਦਾਰ ਮਤਲਬ ਇਹ ਜਵਾਨੀ ਹੈ ਜਿਹੜੀ, ਇਹ ਸਜ਼ਾ ਦੇ ਕਾਬਲ ਨਹੀਂ ਹੈਗੀ, ਵੀ ਫਾਂਸੀ ਦੀ ਸਜ਼ਾ ਤੇਰੇ ਵਰਗੇ ਬੰਦੇ ਨੂੰ ਹੋਵੇ। ਭਗਤ ਸਿੰਘ ਦਾ ਜਵਾਬ ਹੁੰਦਾ, ਕਹਿੰਦਾ ਖਾਨ ਸਾਹਿਬ ਜੋਬਨ ਰੁੱਤੇ ਕਾਰਨਾਮਾ ਹੋ ਸਕਦਾ ਹੈ, ਬੁੱਢੇ ਲੀਡਰਾਂ 'ਚ ਮਰਨ ਦਾ ਹੌਸਲਾ ਕਿੱਥੇ, ਅੱਜ ਵੀ ਨਹੀਂ ਹੈਗਾ, ਅੱਜ ਵੀ ਨਹੀਂ ਹੈ ਬੁੱਢੇ ਲੀਡਰਾਂ 'ਚ ਮਰਨ ਦਾ ਹੌਸਲਾ ਕਿੱਥੇ, ਕਹਿੰਦਾ ਉਹ ਤਾਂ ਗੋਲ ਮੇਜ਼ ਕਾਨਫਰੰਸਾਂ ਕਰਨ ਜੋਗੇ ਨੇ। ਜੇ ਨੌਜਵਾਨ ਲੰਮੀਆਂ ਤਾਣ ਕੇ ਸੌਂ ਗਏ, ਦੇਸ਼ ਲਈ ਕੌਣ ਮਰ ਮਿਟੂਗਾ?
मसला है भी अज अपना ही डिप्रैशन या जी अज्ञ समय जी गल हासा नहीं आ रहा लोगों को हसन के लिए कोई वजह चाहिए है कोई खास किस्म की इवेंट चाहिए है इंसीडेंट चाहिए है कोई प्रसिद्धि हुई हो दो चार लाख रील बनिया होना मैं कहना जिम्मे पहला कुतकताड़ियां कर मैं लगता मसले भरे हुए चाहिए तो कारण की है भी उन्होंने को जाने का एक मकसद से मैं कहना भी वह बंदा वो बारे कहा जाता भी जेल के जोड़े लोग इस गलों दंग रेंदे हैरान होंगे भी यार जो तो गल हों दूसरे कैदियों के भी कौन बंदा कहते यार 23 साल का एक मुंडा है तो वो चेहरे पर जलों है भगत सिंह का 3 किलो भार बढ़ गया जेल के दिनों के दरम्यान सोचोगे तुम आप अज के समाने जमाने सोचते हैं कि निकी जी गल हो जाए किसी की कोई फ्रेंड उन्होंने जवाब दे जाए जो पोस्ट से बहुत लाइक ना होना किसी मेरे अर्गे नवे गवैये के बहुते फॉलोअर ना बनना तो जान से बन जाती है लोग कह लगे यार तू प्रसिद्ध नहीं होया यार यार बनी नहीं यार गल बाबे तेरी दो बंदे कह दें तीजी बारी उन्होंने लगता मैं खत्म हो खत्म हो गया खेडा है ना तो एक पास बंदा जो जेल के आया तो वह भार बढ़ गया कारण पता भी है फांसी लगनी है फांसी लगनी है पूरा देश ये गल कह रहा है कि भाई यार मतलब वो अपनी डिफेंस कौंसल जी वकील दे मतलब प्राणनाथ मेहता वकील है तो डिफेंस कौंसल बनी हुई है जी केस लड़ रही है तो जी सलाह कर रही है भी आप क्यों ना एक रहम की अपील दे दिए महात्मा गांधी जी ये गल कह रहे हैं भी जे बंदा माफ़ी मांग लेंदा है लोगों भी यह लगता यार केरा जीवन आपका बचा लवे मुड़ के सारी उम्र लिए लड़ना ही है लड़िया जा सकता है तो जिहड़ा बंदा जेलर है जिहड़ा मेन जेलर है वह भी उन्होंने कह रहा है भी यार तू ज्यौंदे जी भी यह कारनामा कम कर सकता है पर भगत सिंह यह गल कहिंदा कहिंदा भी उहदी हुबहू लाइन है कहिंदा भी मेरे फांसी लगन की सूरत विच हिंदुस्तानी मावां सदा चाहणगियां कि उन्होंने पुत भी भगत सिंह जिहे बनन देश की आज़ादी लई लड़न वालियां की गिणती इन्नी वध जूगी कि इनकलाब नूं रोकणा सामराज दे वस दी गल नहीं रहूगी हुण उह बंदे दे अंदर ऐसा जज्बा उहनूं इह लगदा कि मेरे एक शरीर दे जाण नाल जदों एक 23 साल का मुंडा है दगदे चेहरे के नाल फांसी पा के रस्सा चुम के गल दे विच पाऊगा तो लोग देखणगे उह कहणगे यार ऐसा की जज्बा है हालांकि मौत तो डर लगना चाहिए बंदे नूं जी उहने लोकां दे अंदरों मौत का डर कढ़ण दे लई फांसी दा रस्सा चुम्मिया हाँ लोगों के अंदरों ये कढ़ण दे लई भी एक बंदे का जीवन एक बंदे की लाइफ इन्नी इंपोर्टेंट है नहीं गी भी एड्डी वड्डी जीव जिंदगी दे विच जिहदे लखां लोक करोड़ां लोक अरबां लोक उन्हां दा सोहणा जीवन होण जीवन होण दे लई बंदा जा रिहा हाँ तां कोई वड्डी गल नहीं इस तों बाद की हुंदा है कि उहदी हुण बोगे नाल आड़ी पै जांदी है ओह जिहड़ा झाड़ू करन वाला गा आड़ी पै जांदी ओह पहली वारी आउंदा ते उहनां हुण भगत सिंह किताब पढ़ रहा है किताब पढ़ रहा है ते ओह पिछों आउंदा ते झाड़ू खड़काउंदा हा सरदार जी उहनूं इह हुंदा वी जे मैथों गलती होगी ते इहनूं मार सकदा है इह तां खतरनाक बंदा है ओह डरदा डरदा फिर कहिंदा सरदार जी फिर नहीं बोलता वो डरदा डरदा उन्होंने आवाज ना आए ऐ हौली हौली झाड़ू लाता है उधर भगत सिंह कोई लाइन आती है जबान तो एकदम तैश चा के बोलता कहना इस तरह मजदूर जमात सरमाएदारी से वार करेगी तो उसका मलिया मेट कर देगी वो डर जाता कहना सरदार जी मेरे को गलती होगी मैं कहना झाड़ू लाने आया जे कहने तो मैं बग जाना इतों डर भगत सिंह कहना की गल तू कम क्यों रहा है ਕਹਿੰਦਾ ਸਰਦਾਰ ਜੀ ਤੁਸੀਂ ਮਲਿਆ ਮੇਟ ਕਰਨੀ ਹੈ ਧਮਕੀਆਂ ਦੇਈ ਜਾਂਦੇ ਮੈਨੂੰ ਉਹ ਆਮ ਬੰਦੇ ਨੂੰ ਸਮਝ ਨਹੀਂ ਨਾ ਲੱਗਦੀਆਂ ਗੱਲਾਂ ਭਗਤ ਸਿੰਘ ਉੱਚੀ ਉੱਚੀ ਹੱਸਣ ਲਾਏ ਤਾਂ ਕਹਿੰਦਾ ਕਮਾਲ ਹੈ ਯਾਰ ਕਹਿੰਦਾ ਤੂੰ ਮੇਥੋਂ ਡਰ ਰਿਹਾ ਉਹ ਗਰੀਬ ਬੰਦਾ ਕਹਿੰਦਾ ਯਾਰ ਦੇਖਦਾ ਕਹਿੰਦਾ ਸਰਦਾਰਾ ਤੂੰ ਹੱਸ ਲੈਣਾ ਭਗਤ ਸਿੰਘ ਹੋਰ ਹੱਸਣ ਲਾਏ ਨਾ ਕਹਿੰਦਾ ਯਾਰ ਕਮਾਲ ਦੀ ਗੱਲ ਹੈ ਮੈਂ ਹੱਸ ਨਹੀਂ ਸਕਦਾ ਕਹਿੰਦਾ ਮੈਂ ਤਾਂ ਸੁਣਿਆ ਤੂੰ ਬੜਾ ਖੁੰਖਾਰ ਬੰਦਾ ਹੈ ਤੂੰ ਤਾਂ ਸੀਰੀਅਸ ਰਹਿਣ ਵਾਲਾ ਬੰਦਾ ਭਗਤ ਸਿੰਘ ਕਹਿੰਦਾ ਹਾਂ ਕਹਿੰਦਾ ਖੁੰਖਾਰ ਤਾਂ ਹੈਗਾ ਮੈਂ ਉਹ ਹੋਰ ਡਰ ਜਾਂਦਾ ਕਹਿੰਦਾ ਪਰ ਤੇਰੇ ਲਈ ਨਹੀਂ ਕਹਿੰਦਾ ਫਿਰ ਮੈਂ ਜਾਵਾਂ ਕਹਿੰਦਾ ਖੜ ਜਾ ਗਲਤਾ ਸੁਣ ਤੇਰਾ ਨਾਂ ਕੀ ਹੈ ਕਹਿੰਦਾ ਨਾਂ ਤਾਂ ਮੇਰਾ ਬੁੱਗਾ ਪਰ ਮੇਰੇ ਮੋਢੇ ਦੇ ਹੱਥ ਨਾ ਰੱਖ ਉਹਨੇ ਮੋਢੇ ਦੇ ਹੱਥ ਰੱਖ ਲਿਆ ਮੋਢੇ ਦੇ ਹੱਥ ਰੱਖ ਮਤਲਬ ਭਗਤ ਸਿੰਘ ਲਈ ਯਾਰ ਉਹਨਾਂ ਦਾ ਇੱਕ ਕੰਮ ਕਰਨ ਵਾਲਾ ਬੰਦਾ ਜਿਹਦੇ ਲਈ ਉਹ ਜਿਨ੍ਹਾਂ ਲਈ ਲੜ ਰਿਹਾ ਦੇਖੋ ਭਗਤ ਸਿੰਘ ਲਈ ਆਜ਼ਾਦੀ ਦਾ ਸਵਾਲ ਨਹੀਂ ਸੀ ਭਗਤ ਸਿੰਘ ਨੇ ਆਪਣੀ ਜੇਲ੍ਹ ਡਾਇਰੀ ਦੇ ਵਿੱਚ ਲਿਖਿਆ ਕਹਿੰਦਾ ਵੀ ਆਜ਼ਾਦੀ ਤਾਂ ਆਊਗੀ ਇਹ ਤਾਂ ਤੈਅ ਆ ਵੀ ਆਜ਼ਾਦੀ ਆਉਣੀ ਹੀ ਆਉਣੀ ਹੈ ਪਰ ਸਵਾਲ ਇਹ ਹੈ ਵੀ ਆਜ਼ਾਦੀ ਕੈਸੀ ਆਊਗੀ ਕਾਣੀ ਆਜ਼ਾਦੀ ਤਾਂ ਨਹੀਂ ਆਊਗੀ ਕਿਤੇ ਉਹ ਕਹਿੰਦਾ ਸੀ ਵੀ ਜਿਹੜੇ ਲੋਕ ਲੜ ਰਹੇ ਆ ਫਰੰਟ ਤੇ ਹੋ ਗਏ ਜਾਂ ਤਾਂ ਬਹੁਤ ਸਾਰੇ ਹਾਈ ਕਲਾਸ ਲੋਕ ਨੇ ਹੈ ਤਾਂ ਆਜ਼ਾਦੀ ਘੁਲਾਟੀਏ ਨੇ ਬੁਰੇ ਨਹੀਂ ਹੈਗੇ ਜਾਂ ਲੋਕ ਨੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਹੁਣ ਇਹ ਜਿਹੜੇ ਲੋਕ ਆਜ਼ਾਦੀ ਲੈ ਕੇ ਆਉਣਗੇ ਤਾਂ ਇਹ ਆਪਣੀਆਂ ਲੋੜਾਂ ਨੂੰ ਧਿਆਨ 'ਚ ਰੱਖ ਕੇ ਆਜ਼ਾਦੀ ਲੈ ਕੇ ਆਉਣਗੇ ਆਪਣੇ ਲਈ ਲੈ ਕੇ ਆਉਣਗੇ ਆਪਣੇ ਲਈ ਲੈ ਕੇ ਆਉਣਗੇ ਹੁਣ ਜਿਹੜੇ ਬੰਦੇ ਝਾੜੂ ਲਾ ਰਹੇ ਆ ਜਿਹੜੇ ਬੰਦੇ ਕਿਸਾਨੀ ਕਰ ਰਹੇ ਆ ਜਾਂ ਦਿਹਾੜੀਦਾਰ ਲੋਕ ਨੇ
ਵੀ ਉਹਨਾਂ ਦੀਆਂ ਲੋੜਾਂ ਦਾ ਧਿਆਨ ਕੌਣ ਰੱਖੂਗਾ ਜੇ ਉਹਨਾਂ ਦੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਆਜ਼ਾਦੀ 'ਚ ਸ਼ਾਮਿਲ ਕੀਤਾ ਜਾਊਗਾ ਜੇ ਉਹ ਵੀ ਆਜ਼ਾਦੀ ਦੀ ਜੰਗ 'ਚ ਸ਼ਾਮਿਲ ਹੋਣਗੇ ਕਿਸਾਨ ਵੀ ਹੋਣਗੇ ਦਿਹਾੜੀਦਾਰ ਲੋਕ ਵੀ ਹੋਣਗੇ ਸਧਾਰਨ ਲੋਕ ਵੀ ਹੋਣਗੇ ਤਾਂ ਜਿਹੜੀ ਆਜ਼ਾਦੀ ਆਊਗੀ ਉਹਦੇ 'ਚ ਉਹਨਾਂ ਲੋਕਾਂ ਦੀਆਂ ਲੋੜਾਂ ਦਾ ਧਿਆਨ ਰੱਖਿਆ ਜਾਊਗਾ ਭਗਤ ਸਿੰਘ ਨੂੰ ਇਸ ਗੱਲ ਦਾ ਫਿਕਰ ਸੀ ਉਹ ਕਹਿੰਦਾ ਵੀ ਆਜ਼ਾਦੀ ਆਊਗੀ ਗੋਰੇ ਚਲੇ ਜਾਣਗੇ ਪਰ ਉਹਨਾਂ ਦੇ ਭੇਸ 'ਚ ਕਾਲੇ ਲੋਕ ਰਹਿ ਜਾਣਗੇ ਕਹਿੰਦਾ ਕਿਤੇ ਇਹ ਨਾ ਹੋਵੇ ਕਿ ਅਸੀਂ ਕਾਹਲੀ ਕਾਹਲੀ 'ਚ ਛੇਤੀ ਛੇਤੀ ਉਹਨਾਂ ਤੋਂ ਰਿਆਇਤਾਂ ਲੈ ਕੇ ਮਿੰਟਾਂ ਤਰਲੇ ਕਰਕੇ ਵੀ ਕੋਈ ਨਹੀਂ ਸਾਡਾ ਮੁਲਕ ਛੱਡ ਦਿਉ ਅਸੀਂ ਆਜ਼ਾਦੀ ਲੈ ਲਈਏ ਅਤੇ ਉਹ ਮੁੜ ਕੇ ਜਾਂਦੇ ਹੋਏ ਐਸਾ ਬੀਜ ਬੀਜ ਜਾਣਾ ਜਿਹੜੇ ਲੱਖਾਂ ਲੋਕ ਜੀ ਨਾਲੇ ਇੱਕ ਦੂਜੀ ਗੱਲ ਇਹ ਹੈ ਕਿ ਭਗਤ ਸਿੰਘ ਕਿਸੇ ਕੌਮ ਕਿਸੇ ਦੇਸ਼ ਦੀ ਗੱਲ ਨਹੀਂ ਕਰਦਾ ਆਪਣੀ ਡਾਇਰੀ 'ਚ ਜਿਹੜੀ ਉਹਨੇ ਲਿਖਤ ਲਿਖੀ ਹੈ ਜਿਹੜੀਆਂ ਕਿਤਾਬਾਂ ਜਿਹੜੀਆਂ ਮੈਂ ਨਾਸਤਕ ਕਿਉਂ ਹਾਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਜੇ ਮਤਲਬ ਪੜ੍ਹਨ ਦਾ ਮੌਕਾ ਮਿਲੇ ਉਹ ਕਹਿੰਦਾ ਸੀ ਵੀ ਇਹ ਚੱਲਣ ਪੂਰੀ ਦੁਨੀਆ ਦੇ ਵਿੱਚ ਹੈ ਕਿ ਕੁਛ ਲੋਕ ਕਬਜ਼ਾ ਕਰਨਾ ਚਾਹੁੰਦੇ ਹੈ ਅੱਜ ਆਪਾਂ ਦੇਖ ਹੀ ਰਹੇ ਹਾਂ ਆਪਾਂ ਅੱਜ ਜਿਹੜੇ ਯੁੱਗ ਚ ਕਿਸਾਨੀ ਬਿੱਲ ਆਏ ਸੀ ਹੁਣ ਤਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਲੱਗ ਗਿਆ ਆਮ ਬੰਦੇ ਨੂੰ ਵੀ ਪਤਾ ਕਿ ਕੁਛ ਲੋਕ ਕਬਜ਼ਾ ਕਰਨਾ ਚਾਹੁੰਦੇ ਆ ਜ਼ਮੀਨਾਂ ਵੀ ਲੈਣਾ ਚਾਹੁੰਦੇ ਆ ਸਾਰਾ ਕੁਛ ਲੈਣਾ ਚਾਹੁੰਦੇ ਆ ਇਹ ਗੱਲ 1931 ਦੇ ਵਿੱਚ 1930 ਦੇ ਵਿੱਚ ਅੱਜ ਤੋਂ 93 ਸਾਲ ਕੇ 90 ਸਾਲ ਪਹਿਲਾਂ ਭਗਤ ਸਿੰਘ ਨੇ ਜਿਹੜੀ ਹੈਗੀ ਸੀ ਡਿਕਲੇਅਰ ਕਰਤੀ ਸੀ ਕਿ ਜੇ ਕਾਣੀ ਆਜ਼ਾਦੀ ਆਈ ਤਾਂ ਥੋੜ੍ਹੇ ਜਿਹੇ ਲੋਕ ਕਬਜ਼ਾ ਕਰਨਗੇ ਬਾਕੀ ਸਾਰੇ ਲੋਕਾਂ ਤੋਂ ਖੋਇਆ ਜਾਊਗਾ ਉਹ ਹੋ ਚੁੱਕਿਆ 90% ਕਰ ਗਿਆ ਤੇ ਕੁਛ ਲੋਕ ਅਜੇ ਵੀ ਡਟੇ ਖੜੇ ਆ ਇਸ ਕਰਕੇ ਅੱਜ ਵੀ ਆਪਾਂ ਭਗਤ ਸਿੰਘ ਦੀ ਗੱਲ ਕਿਉਂ ਕਰ ਰਹੇ ਹਾਂ ਇੱਕ 23 ਸਾਲ ਦਾ ਮੁੰਡਾ ਯਾਰ ਉਹਦੀ ਗੱਲ ਹੋ ਰਹੀ ਹੈ ਗੰਦ ਚੁੱਕ ਕੇ ਗੁਜ਼ਾਰਾ ਕਰਦੇ ਹਾਂ ਨਾ ਇਹ ਗੱਲ ਸੋਚ ਕੇ ਨਾ ਉਹਨੂੰ ਆਪਣੇ ਆਪ ਦੇ ਨੀਚ ਹੋਣ ਦਾ ਅਹਿਸਾਸ ਹੁੰਦਾ ਜਿਹੜਾ ਬੰਦਾ ਕੰਮ ਕਰ ਰਿਹਾ ਭਗਤ ਸਿੰਘ ਨੂੰ ਮੋਢੇ ਤੋਂ ਫੜ ਲੈਂਦਾ ਉਹ ਘਬਰਾ ਜਾਂਦਾ ਕਹਿੰਦਾ ਯਾਰ ਇੱਕ ਗੱਲ ਦਾ ਜਵਾਬ ਮੈਨੂੰ ਦੇ ਵੀ ਗੰਦ ਚੁੱਕਣ ਨਾਲ ਕੋਈ ਨੀਵਾਂ ਹੋ ਜਾਂਦਾ ਉਹ ਤਾਂ ਵੱਡਾ ਹੋਣਾ ਚਾਹੀਦਾ ਮਾਂ ਬਚਪਨ ਵਿੱਚ ਸਾਡਾ ਗੰਦ ਚੁੱਕਦੀ ਹੈ ਕਿ ਉਹ ਮਾਂ ਨਹੀਂ ਰਹਿੰਦੀ ਕਿ ਨੀਵੀਂ ਜਾਤ ਦੀ ਹੋ ਜਾਂਦੀ ਹੈ ਬਈ ਬੋਗਾ ਦੰਗ ਰਹਿ ਜਾਂਦਾ ਕਹਿੰਦਾ ਤੂੰ ਨਾਲੇ ਡਰਾਉਣਾ ਨਾਲੇ ਪੁਚਕਾਰਨਾ ਕਹਿੰਦਾ ਤੈਨੂੰ ਨਹੀਂ ਡਰਾਉਂਦਾ ਮੈਂ ਘੁੱਟ ਕੇ ਜੱਫੀ ਪਾ ਲੈਂਦਾ ਉਹ ਕਹਿੰਦਾ ਨਹੀਂ ਨਹੀਂ ਮੈਂ ਗੰਦਾ ਕਹਿੰਦਾ ਨਹੀਂ ਹੁਣ ਅੱਗੇ ਜਾ ਕੇ ਇੱਕ ਮੌਕਾ ਆਉਂਦਾ ਵੀ ਹੁਣ ਭਗਤ ਸਿੰਘ ਨਾ ਇੱਕ ਜ਼ਿੱਦ ਕਰਦਾ ਉਹਦੇ ਨਾਲ ਉਹਨੂੰ ਬੇਬੇ ਕਹਿਣ ਲੱਗ ਜਾਂਦਾ ਮੈਂ ਪੜ੍ਹਿਆ ਜੀ ਬੇਬੇ ਕਹਿਣ ਲੱਗ ਜਾਂਦਾ ਅਤੇ ਉਹ ਬੋਗਾ ਉਹਦੇ ਨਾਲ ਲੜ ਪੈਂਦਾ ਕਹਿੰਦਾ ਯਾਰ ਤੂੰ ਮੈਨੂੰ ਬੇਬੇ ਨਾਲ ਕਿਹਾ ਕਰਾ ਉਹ ਲੜਦਾ ਵੀ ਪਿਆਰ ਨਾਲ ਹੈ ਆੜੀ ਪੈ ਜਾਂਦੀ ਉਹਨੂੰ ਥੱਲੇ ਬਿਠਾ ਲੈਂਦਾ ਉਹ ਕਹਿੰਦਾ ਮੇਰੇ ਨਾਲ ਬੈਠ ਕਹਿੰਦਾ ਨਹੀਂ ਨਹੀਂ ਮੈਂ ਥੱਲੇ ਬੈਠੂੰਗਾ ਕਹਿੰਦਾ ਫਿਰ ਮੈਂ ਵੀ ਥੱਲੇ ਬੈਠੂੰਗਾ ਭਗਤ ਸਿੰਘ ਕਹਿੰਦਾ ਫਿਰ ਮੰਜੇ 'ਤੇ ਬੈਠ ਕਹਿੰਦਾ ਨਹੀਂ ਸਰਦਾਰਾ ਕਹਿੰਦਾ ਗੱਲ ਸੁਣ ਲੈ ਇਸ ਬਰਾਬਰੀ ਲਈ ਲੜ ਰਹੇ ਹਾਂ ਤੂੰ ਥੱਲੇ ਬੈਠੇ ਅਤੇ ਮੈਂ ਮੰਜੇ 'ਤੇ ਬੈਠਾਂ ਅਤੇ ਮੈਂ ਫਿਰ ਕਾਹਦਾ ਆਜ਼ਾਦੀ ਘਲਾਟੀਆ ਹੋਇਆ ਓਏ ਫਿਰ ਕਾਹਦੀ ਬਰਾਬਰੀ ਮੈਂ ਤੇਰੇ ਬਰਾਬਰ ਬੈਠੂ ਬੇਬੇ ਜਾਂ ਤੂੰ ਮੇਰੇ ਬਰਾਬਰ ਬੈਠ ਕਹਿੰਦਾ ਵੀ ਤੂੰ ਮੈਨੂੰ ਐਂ ਦੱਸ ਮੈਨੂੰ ਬੇਬੇ ਕਿਉਂ ਕਹਿੰਦਾ ਹੁਣ ਉਹ ਜੇਲ੍ਹ ਦੇ ਵਿੱਚ ਰਹਿੰਦੇ ਸੀ ਇੱਕ ਛੋਟਾ ਜਿਹਾ ਕਾਰਨਰ ਭਗਤ ਸਿੰਘ ਨੂੰ ਮਿਲਿਆ ਸੀ ਉਹ ਬਾਹਰ ਤਾਂ ਜਾ ਨਹੀਂ ਸਕਦੇ ਸੀ ਜੀ ਕਹਿੰਦਾ ਭਗਤ ਸਿੰਘ ਬੜੇ ਪਿਆਰ ਨਾਲ ਕਹਿੰਦਾ ਕਹਿੰਦਾ ਬੋਗਿਆ ਕਹਿੰਦਾ ਵੀ ਬਚਪਨ ਵਿੱਚ ਮੇਰੀ ਮਾਂ ਨੇ ਮੇਰਾ ਗੰਦ ਚੁੱਕਿਆ ਅਤੇ ਜਵਾਨੀ 'ਚ ਤੈਨੂੰ ਚੁੱਕਣਾ ਪੈ ਰਿਹਾ ਮੈਂ ਆਪਣੀ ਮਾਂ ਨੂੰ ਪਿਆਰ ਨਾਲ ਬੇਬੇ ਕਹਿੰਦਾ ਤੂੰ ਵੀ ਤਾਂ ਮੇਰੀ ਬੇਬੇ ਹੋਈ ਨਾ ਉਹਦੀ ਅੱਖ ਭਰ ਆਉਂਦੀ ਹੈ ਕਹਿੰਦਾ ਨਹੀਂ ਸਰ ਸੱਚੀ ਤੂੰ ਮੇਰੀ ਬੇਬੇ ਉਹ ਕਹਿੰਦਾ ਨਹੀਂ ਨਹੀਂ ਮੈਨੂੰ ਸਭ ਉਹਨਾਂ ਕਿਹਾ ਯਾਰ ਹੁਣ ਭਗਤ ਸਿੰਘ ਦੀ ਜ਼ਿੱਦ ਹੋ ਜਾਂਦੀ ਉਹਦੇ ਨਾਲ ਵੀ ਮੈਂ ਤੈਨੂੰ ਕਹਿਣਾ ਉਹ ਕਹਿੰਦਾ ਵਾ ਫਿਰ ਭਗਤ ਸਿੰਘ ਕਹਿੰਦਾ ਮੈਨੂੰ ਸਰਦਾਰਾਂ ਨਾਲ ਕਿਹਾ ਕਰਾਂ ਭਗਤਿਆ ਕਿਹਾ ਕਰਾਂ ਕਹਿੰਦਾ ਹੁਣ ਵੀ ਤੂੰ ਮੈਨੂੰ ਸਰਦਾਰ ਕਹਿ ਕੇ ਵੱਡਾ ਕਰੀ ਜਾਂਦਾ ਆਪ ਨੀਵਾਂ ਹੋਈ ਜਾਂਦਾ ਕਹਿੰਦਾ ਭਗਤਿਆ ਕਿਹਾ ਕਰਾਂ ਹੁਣ ਉਹ ਜਦੋਂ ਵੀ ਜੇਲ੍ਹ 'ਚ ਆਉਂਦਾ ਕਹਿੰਦਾ ਹੋ ਭਗਤਿਆ ਅੱਜ ਮੈਂ ਗੱਲਾਂ ਸੁਣੀਆਂ ਬਾਹਰ ਬਈ ਉੱਥੇ ਉਹ ਹੋ ਰਿਹਾ ਉਹ ਸੱਤਿਆਗ੍ਰਹਿ ਨਿਕਲ ਰਿਹਾ ਲੋਕ ਕਹਿੰਦੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਨਾ ਹੋਵੇ ਉੱਧਰੋਂ ਸਮਝੌਤਾ ਹੋ ਰਿਹਾ ਵੀ ਮੇਰੀ ਘਰਵਾਲੀ ਤਾਂ ਦੇਹ ਸੁੱਖੀ ਫਿਰਦੀ ਹੈ ਵੀ ਵੀ ਮੈਨੂੰ ਲੱਗਦਾ ਸਰਦਾਰ ਹੈ ਤੇਰੀ ਫਾਂਸੀ ਦੀ ਸਜ਼ਾ ਟਲ ਜੂਗੀ ਭਗਤ ਸਿੰਘ ਕਹਿੰਦਾ ਨਹੀਂ ਕਹਿੰਦਾ ਉਹ ਕਹਿ ਮੈਂ ਨਹੀਂ ਚਾਹੁੰਦਾ ਮੇਰੀ ਫਾਂਸੀ ਦੀ ਸਜ਼ਾ ਟਲੇ ਕਹਿੰਦਾ ਯਾਰ ਕਿਹੋ ਜਿਹਾ ਬੰਦਾ ਤੂੰ ਬਾਹਰ ਤੇਰੀ ਲੜ ਰਹੇ ਜੀਵਨ ਦੇ ਸੁੱਖਾਂ ਸੁੱਖ ਦੇ ਲੋਕ ਲੜ ਰਹੇ ਹੈ ਤੇ ਤੂੰ ਤੂੰ ਇੰਨਾ ਨਿਰਮੋਹਾ ਹੋਇਆ ਫਿਰਦਾ ਕਹਿੰਦਾ ਨਹੀਂ ਬੋਗਿਆ ਮੈਂ ਨਿਰਮੋਹਾ ਨਹੀਂ ਹੋਇਆ ਮੇਰੇ ਤੋਂ ਵੱਧ ਕੇ ਜ਼ਿੰਦਗੀ ਨੂੰ ਕੌਣ ਮੋਹ ਕਰ ਸਕਦਾ ਹੈ ਕਹਿੰਦਾ ਦੇਖ ਬੋਗਿਆ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਕਹਿੰਦਾ ਬਾਹਰ ਦੇਖ ਬਹਾਰ ਦੇ ਫੁੱਲ ਖਿੜੇ ਹੋਏ ਆ ਦੇਖ ਕਹਿੰਦਾ ਲੋਕ ਕਿਵੇਂ ਜ਼ਿੰਦਗੀ ਨੂੰ ਪਿਆਰ ਕਰਦੇ ਆ ਜੀਣਾ ਚਾਹੁੰਦੇ ਆ ਇਸੇ ਲਈ ਤਾਂ ਲੜ ਰਹੇ ਆ ਉਹ ਕਹਿੰਦਾ ਇਸ ਜ਼ਿੰਦਗੀ ਦੀ ਖਾਤਰ ਮੈਂ ਮੌਤ ਚੁਣੀ ਹੈ ਮੈਂ ਸੋਚਦਾ ਮੇਰੀ ਮੌਤ ਇਸ ਜ਼ਿੰਦਗੀ ਦਾ ਕੁਛ ਸਵਾਰ ਜਾਵੇ ਬੋਗਾ ਦੰਗ ਰਹਿ ਜਾਂਦਾ ਕਹਿੰਦਾ ਯਾਰ ਤੂੰ ਤੇਰਾ ਫਿਰ ਕਹਿੰਦਾ ਮੈਨੂੰ ਲੱਗਦਾ ਵੀ ਜਿੰਨਾ ਤੂੰ ਇਹੋ ਜਿਹਾ ਬੰਦਾ ਨਾ ਨਾ ਤੇਰਾ ਕੋਈ ਰਿਸ਼ਤੇਦਾਰ ਹੋਣਾ ਹੈ ਨਾ ਹੀ ਤੇਰਾ ਕੋਈ ਅੱਗੇ ਪਿੱਛੇ ਹੋਣਾ ਜਿਹੜਾ ਤੂੰ ਇਹ ਸੋਚ ਜਿਹੜਾ ਐਂ ਸੋਚਦਾ ਕਹਿੰਦਾ ਜਿਹੜੇ ਬੰਦੇ ਦਾ ਘਰ ਬਾਰ ਹੈ ਪਰਿਵਾਰ ਉਹ ਥੋੜ੍ਹਾ ਸੋਚ ਸਕਦਾ
ਵੀ ਮੈਂ ਪੂਰੀ ਦੁਨੀਆ ਲਈ ਲੜੂੰਗਾ ਜਾਂ ਹਾਂ ਉਹ ਕਹਿੰਦਾ ਬੁੱਗਿਆ ਕਹਿੰਦਾ ਮੇਰਾ ਖੂਨ ਦਾ ਰਿਸ਼ਤਾ ਹੈਗਾ ਕਰਤਾਰ ਸਿੰਘ ਸਰਾਭੇ ਨਾਲ ਕੀ ਬਾਤ ਸਰਾਭੇ ਦਾ ਗੀਤ ਸੀ ਕਹਿੰਦਾ ਹਿੰਦ ਵਾਸੀ ਉਹ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ ਸਾਨੂੰ ਵੇਖ ਕੇ ਨਾ ਘਬਰਾ ਜਾਣਾ ਹੁਣ ਇਹ ਕਵਿਤਾ ਭਗਤ ਸਿੰਘ ਦੇ ਜ਼ਬਾਨੀ ਯਾਦ ਸੀ ਸਰਾਭੇ ਨੂੰ ਆਪਣਾ ਉਹ ਮਿੱਤਰ ਮੰਨਦਾ ਸੀ ਪਰਸ ਦੇ ਵਿੱਚ ਤਸਵੀਰ ਵੀ ਤਸਵੀਰ ਰੱਖੀ ਹੋਈ ਸੀ ਤੇ ਸਰਾਭਾ ਉਸ ਤੋਂ ਵੀ ਮੈਨੂੰ ਲੱਗਦਾ ਹਲਕੀ ਉਮਰ ਦਾ ਗਿਆ ਸੀ ਤਾਂ ਉਹ ਕਹਿੰਦਾ ਵੀ ਮੇਰਾ ਖੂਨ ਦਾ ਰਿਸ਼ਤਾ ਸਰਾਭੇ ਖੁਦੀ ਰਾਮ ਬੋਸ ਹੋਰਾਂ ਦੇ ਉਹਨਾਂ ਸ਼ਹੀਦਾਂ ਦੇ ਨਾਲ ਹੈ ਜਿਹੜੇ ਦੇਸ਼ ਲਈ ਲੜ ਰਹੇ ਹੈ ਸਾਡਾ ਖੂਨ ਇੱਕ ਹੈ ਹੁਣ ਇੱਥੇ ਭਗਤ ਸਿੰਘ ਖੂਨ ਇੱਕ ਖੂਨ ਦੀ ਗੱਲ ਕਰਦਾ ਹੈ ਇੱਕ ਖੂਨ ਦਾ ਮਤਲਬ ਉਹ ਕਹਿੰਦਾ ਵੀ ਸਾਰੀ ਮਨੁੱਖਤਾ ਜਿੰਨੀ ਦੁਨੀਆ ਹੈਗੀ ਉਹ ਇੱਕੋ ਖੂਨ ਦੀ ਹੈ ਪਰ ਖੂਨ ਨੂੰ ਦੋ ਹਿੱਸਿਆਂ 'ਚ ਵੰਡਦਾ ਇੱਕ ਉਹ ਜਿਹੜੇ ਦੂਜਿਆਂ ਦੇ ਖੂਨ ਪੀ ਰਹੇ ਹੈ ਬਾਬੇ ਨਾਨਕ ਵਾਲੀ ਗੱਲ ਉਹੀ ਉੱਥੇ ਆ ਗਈ ਨਾ ਵੀ ਦੁਨੀਆ ਸਾਂਝੀ ਹੈ ਸਾਂਝੀ ਹੈ ਉਹ ਕਹਿੰਦਾ ਵੀ ਇਹ ਧਰਤੀ ਹੈ ਇਹ ਧਰਤੀ 'ਚੋਂ ਅਨੁਗਦਾ ਹੈ ਇਹ ਸਾਰਿਆਂ ਦੇ ਹਿੱਸੇ ਦਾ ਹੈ ਸੂਰਜ ਦੀ ਰੋਸ਼ਨੀ ਇਹ ਸਭ ਦੀ ਹੈ ਤਾਰੇ ਸਭ ਦੇ ਸਾਂਝੇ ਆ ਤਾਂ ਧਰਤੀ ਵੀ ਸਭ ਦੀ ਸਾਂਝੀ ਹੈ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿ ਕੁਛ ਥੋੜ੍ਹੇ ਲੋਕ ਬਹੁਤੇ ਨੂੰ ਖੋ ਕੇ ਖਾਣਾ ਅਤੇ ਬਹੁਤੇ ਲੋਕ ਉਹਨਾਂ ਦਾ ਗੰਦ ਚੁੱਕਣਾ ਹੁਣ ਭਗਤ ਸਿੰਘ ਕਹਿੰਦਾ ਮੈਂ ਨਾਸਤਕ ਕਿਉਂ ਹਾਂ ਪੰਜਾਬ ਦੇ ਵਿੱਚ ਇੱਕ ਡਿਬੇਟ ਚੱਲ ਜਾਂਦੀ ਹੈ ਕਿ ਨਹੀਂ ਆਸਤਕ ਸੀ ਜੀ ਨਾਸਤਕ ਸੀ ਉਹ ਨਾਸਤਕ ਕਿਉਂ ਸੀ ਉਹ ਸੀ ਪੱਗ ਬੰਨਦਾ ਸੀ ਪੱਗ ਬੰਨਦਾ ਸੀ ਚਲੋ ਇਹ ਸਾਡੀਆਂ ਅਸੀਂ ਉਹਨੂੰ ਭਗਤ ਸਿੰਘ ਨੂੰ ਆਪਣੇ ਦਾਇਰੇ 'ਚ ਲੈ ਕੇ ਆਉਣਾ ਚਾਹੁੰਦੇ ਹਾਂ ਕੁਛ ਲੋਕਾਂ ਦਾ ਇਹ ਪਿਆਰ ਵੀ ਹੈ ਕੁਛ ਲੋਕਾਂ ਦੀ ਰਾਜਨੀਤੀ ਵੀ ਹੈ ਮਤਲਬ ਭਗਤ ਸਿੰਘ ਬਹੁਤ ਵੱਡੀ ਗੱਲ ਕਰਦਾ ਹੈਗਾ ਉਹ ਕਹਿੰਦਾ ਵੀ ਅਸੀਂ ਇੱਕੋ ਖੂਨ ਦੇ ਹੈਗੇ ਹਾਂ ਸਾਡਾ ਇੱਕੋ ਖੂਨ ਹੈ ਉਹ ਮਤਲਬ ਉਹ ਪੂਰੀ ਮਨੁੱਖਤਾ ਦੀ ਇਸ 'ਤੇ ਆ ਕੇ ਗੱਲ ਕਰਦਾ ਹੈ ਇਸ ਕਰਕੇ ਅਸੀਂ ਉਹਨੂੰ ਮਤਲਬ ਹੁਣ ਮੈਂ ਗੱਲ ਭੁੱਲ ਗਿਆ ਆਪਾਂ ਗੱਲ ਨਾਸਤਿਕ ਮੈਂ ਨਾਸਤਿਕ ਨਾਸਤਿਕ ਕਿਉਂ ਹਾਂ ਉਹ ਨਾਸਤਿਕ ਕਿਉਂ ਹਾਂ ਉਹ ਕਹਿੰਦਾ ਵੀ ਤੁਸੀਂ ਰੱਬ ਦੇ ਨਾਮ 'ਤੇ ਲੋਕਾਂ ਨੂੰ ਗੁਲਾਮ ਬਣਾਉਂਦੇ ਹੋ ਕਿਸੇ ਨੂੰ ਕਹਿ ਦਿੰਦੇ ਹੋ ਯਾਰ ਤੇਰੇ ਤਾਂ ਕਰਮਾਂ 'ਚ ਲਿਖਿਆ ਹੋਇਆ ਵੀ ਤੂੰ ਗੰਧ ਚੱਕਣਾ ਹੈ ਹੁਣ ਜਿਹੜੇ ਬੰਦੇ ਦੇ ਨੂੰ ਤੂੰ ਕਹਿਦਾ ਵੀ ਤੇਰੇ ਕਰਮਾਂ 'ਚ ਲਿਖਿਆ ਵੀ ਤੂੰ ਗੰਧ ਚੱਕ ਉਹ ਤਾਂ ਚੱਕੂਗਾ ਜਾਂ ਤੂੰ ਝਾੜੂ ਲਾਉਣਾ ਤੂੰ ਗੁਲਾਮੀ ਕਰਨੀ ਤੇਰੇ ਹਿੱਸੇ ਨੇ ਲਿਖਿਆ ਵੀ ਤੂੰ ਜ਼ਿੰਦਗੀ ਦਾ ਖੁਸ਼ੀ ਮਾਣੇ ਖੁਸ਼ੀਆਂ ਦੇ ਵਿੱਚ ਸਾਡੇ ਚਾਹ ਆ ਗਏ ਸਾਡੀਆਂ ਇੱਛਾਵਾਂ ਆ ਗਈਆਂ ਹੁਣ ਜਦੋਂ ਧਰਮ ਦੇ ਨਾਮ 'ਤੇ ਅਸੀਂ ਇਹ ਗੱਲ ਉਹਦੇ ਮਨ 'ਚ ਬਿਠਾਤੀ ਹੁਣ ਉਸ ਬੰਦੇ ਨੇ ਯਤਨ ਕਰਨਾ ਬੰਦ ਕਰਤਾ ਲੋਕ ਉਹਨੂੰ ਕੁੱਟ ਰਹੇ ਆ ਮਾਰ ਰਹੇ ਆ ਦਬਾ ਰਹੇ ਆ ਗੁਲਾਮ ਬਣਾ ਰਹੇ ਆ ਉਹਨੇ ਮੰਨ ਲਿਆ ਕਿ ਰੱਬ ਨੇ ਮੈਨੂੰ ਗੁਲਾਮ ਬਣਾਇਆ ਉਹ ਕਹਿੰਦਾ ਇਹੋ ਜਿਹਾ ਕਿਹੜਾ ਰੱਬ ਹੈ ਜਿਹੜਾ ਤੁਹਾਨੂੰ ਗੁਲਾਮੀ ਕਰਨੀ ਦੱਸਦਾ ਹੈ ਗੁਲਾਮੀ ਕਰਨੀ ਧੱਕਦਾ ਹੈ ਉਹ ਕਿਹੜਾ ਰੱਬ ਹੈ ਜਿਹੜਾ ਸਾਨੂੰ ਪੈਦਾ ਕਰਕੇ ਸਾਨੂੰ ਮਰਨ ਲਈ ਮਜਬੂਰ ਕਰ ਦਿੰਦਾ ਸੜਨ ਲਈ ਮਜਬੂਰ ਕਰਦਾ ਕਹਿੰਦਾ ਮੈਂ ਇਹੋ ਜਿਹੇ ਰੱਬ ਨੂੰ ਨਹੀਂ ਮੰਨਦਾ ਇਸ ਕਰਕੇ ਤੁਸੀਂ ਮੈਨੂੰ ਨਾਸਤਕ ਦੇ ਦਾਇਰੇ 'ਚ ਪਾ ਦਿਓ ਮੈਂ ਨਾਸਤਕ ਹਾਂ ਮੈਂ ਇਸ ਰੱਬ ਨੂੰ ਨਹੀਂ ਮੰਨਦਾ ਜਿਹੜਾ ਲੋਕਾਂ ਨੂੰ ਗੁਲਾਮੀ ਹੁਣ ਇੱਥੇ ਉਹਦਾ ਇੱਕੋ ਸਮੇਂ ਦੇ ਵਿੱਚ ਉਹ ਬੜੀ ਕਮਾਲ ਦੀ ਗੱਲ ਇਹ ਕਹਿ ਰਿਹਾ ਵੀ ਸਾਨੂੰ ਅੱਜ ਦੇ ਸਮੇਂ ਅੱਜ ਤੱਕ ਵੀ ਰੱਬ ਦੇ ਨਾਮ 'ਤੇ ਧਰਮ ਦੇ ਨਾਮ 'ਤੇ ਦੰਗੇ ਹੋ ਰਹੇ ਆ ਦੁਨੀਆਂ ਦੇ ਵਿੱਚ ਵੱਡਾ ਕਾਰਨ ਜਿਹੜਾ ਹੈਗਾ ਸੀ ਉਹ ਧਰਮ ਹੈ ਜੀ ਅਫਗਾਨਿਸਤਾਨ ਦੇ ਵਿੱਚ ਜਿਹੜਾ ਹੈਗਾ ਸੀ ਕਿੱਡਾ ਵੱਡਾ ਹੋਇਆ ਮਤਲਬ ਜਿਹੜੇ ਹੈਗੇ ਸੀ ਅੱਜ ਉਹ ਬੁਰਕਾ ਪਾਉਣ ਦੀ ਗੱਲ ਆ ਗਈ ਉਹਨਾਂ ਨੂੰ ਸਕੂਲ ਨਹੀਂ ਜਾਣ ਦਿੱਤਾ ਜਾ ਰਿਹਾ ਬੱਚਿਆਂ ਨੂੰ ਔਰਤਾਂ ਨੂੰ ਬੁਰਕੇ ਦੁਬਾਰਾ ਪਵਾ ਦਿੱਤੇ ਗਏ ਪੂਰੇ ਦੁਨੀਆਂ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਧਰਮ ਨੂੰ ਲੈ ਕੇ ਕਿੰਨੇ ਵੱਡੇ ਮਸਲੇ ਖੜੇ ਹੋਏ ਪਏ ਇਸ ਵਕਤ ਜੀ ਇੱਕੋ ਧਰਮ ਇੱਕ ਜਾਤ ਇੱਕੋ ਚੀਜ਼ ਹੀ ਹੋਊਗੀ ਕਿੰਨਾ ਕੁਛ ਹੋ ਰਿਹਾ ਉਹ ਕਹਿੰਦਾ ਸੀ ਵੀ ਧਰਮ ਦੇ ਨਾਮ 'ਤੇ ਕੀ ਕੀਤਾ ਜਾਂਦਾ ਹੈ ਕਿ ਰਾਜਨੀਤੀ ਖੇਡੀ ਜਾਂਦੀ ਹੈ ਧਰਮ ਦੇ ਨਾਮ 'ਤੇ ਲੋਕਾਂ ਨੂੰ ਲੁੱਟਿਆ ਜਾਂਦਾ ਖੂਨ ਵਹਾਇਆ ਜਾਂਦਾ ਹੈ ਹਾਂ ਕਹਿੰਦਾ ਜੇ ਅਸੀਂ ਕੋਈ ਆਪਣਾ ਸਿਸਟਮ ਖੜਾ ਕੀਤਾ ਅਸੀਂ ਹਰ ਬੰਦੇ ਨੂੰ ਇਹ ਖੁੱਲ੍ਹ ਦੇਵਾਂਗੇ ਭਾਈ ਜਿਹੜੇ ਤੂੰ ਵੀ ਰੱਬ ਨੂੰ ਮੰਨਦਾ ਤੂੰ ਮੰਨ ਲਾ ਇਹਦੇ 'ਤੇ ਕੋਈ ਤੈਨੂੰ ਰੋਕ ਨਹੀਂ ਪਰ ਅਸੀਂ ਤੈਨੂੰ ਇਹ ਖੁੱਲ੍ਹ ਨਹੀਂ ਦੇਵਾਂਗੇ ਕੱਲ੍ਹ ਨੂੰ ਧਰਮ ਦੇ ਨਾਮ 'ਤੇ ਤੂੰ ਉਸ ਪੰਜਾਬ ਨੂੰ ਭੜਕਾ ਕੇ ਦੰਗੇ ਭੜਕਾ ਦੇਵੇਂ ਭਗਤ ਸਿੰਘ ਇਸ ਕਰਕੇ ਭਗਤ ਸਿੰਘ ਅੱਜ ਵੀ ਜਿਹੜੇ ਲੋਕ ਸੋਚਣਾ ਚਾਹੁੰਦੇ ਉਹਨਾਂ ਲਈ ਚਿੰਤਨ ਦਾ ਵਿਸ਼ਾ ਹੈ ਤੇ ਜਿਹੜੇ ਲੋਕਾਂ ਨੂੰ ਸੋਚਣਾ ਬੰਦ ਕਰਨਾ ਚਾਹੁੰਦੇ ਆ ਉਹਨਾਂ ਲਈ ਚਿੰਤਾ ਦਾ ਵਿਸ਼ਾ ਬਿਲਕੁਲ ਉਹ ਕਹਿੰਦੇ ਵੀ ਇਹਦੀ ਗੱਲ ਨਾ ਕਰੋ ਕੋਈ ਹੋਰ ਗੱਲ ਕਰ ਲਓ ਤੁਸੀਂ ਭਗਤ ਸਿੰਘ ਦੀ ਗੱਲ ਭਗਤ ਸਿੰਘ ਦੀ ਗੱਲ ਨਾ ਇਸੇ ਕਰਕੇ ਮਤਲਬ ਕੋਈ ਕਦੇ ਕੋਈ ਲੀਡਰ ਕਹਿੰਦਾ ਭਗਤ ਸਿੰਘ ਅੱਤਵਾਦੀ ਫਲਾਨਾ ਹਾਂ ਇਹ ਚੀਜ਼ਾਂ ਨਿਕਲ ਉਹਦਾ ਕਾਰਨ ਕੀ ਹੈ ਕਿ ਸਾਨੂੰ ਹਜ਼ਮ ਨਹੀਂ ਹੁੰਦਾ ਭਗਤ ਸਿੰਘ ਐਡਾ ਵੱਡਾ ਕਰੈਕਟਰ ਹੈ ਵੀ ਜਦੋਂ ਉਹਨੂੰ ਪੜ੍ਹਦੇ ਆ ਨਾ ਉਹ ਤੁਹਾਨੂੰ ਦਲੇਰ ਕਰਦਾ ਹੈ ਪਹਿਲਾਂ ਹੀ ਉਹਨੇ ਐਗਜ਼ਾਮਪਲ ਸੈੱਟ ਕੀਤੀ ਤੇ ਦਲੇਰ ਇਹਨਾਂ ਨੇ ਹੋਣ ਨਹੀਂ ਦੇਣਾ ਹਾਂ ਉਹ ਦਲੇਰੀ ਇਸ ਗੱਲ ਦੀ ਕਰਦਾ ਉਹ ਕਹਿੰਦਾ ਵੀ ਇੱਕ ਬੰਦਾ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਫਾਂਸੀ ਲੱਗਣਾ ਕੀ ਹੈ ਕਹਿੰਦਾ ਮੇਰੇ ਮਰਨ ਨਾਲ ਕੀ ਹੋ ਜਾਊਗਾ ਮਤਲਬ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਵੀ ਨਹੀਂ ਕਹੀ ਹੈ ਇਹਨੂੰ ਪੁੱਤਰਨ ਕੇ ਸੀ ਇਸ ਪਰਿਵਾਰ ਦੀ ਸੁਤਚਾਰ ਚਾਰ ਮੋਏ ਸੁੱਕਿਆ ਹੋਇਆ ਜੀਵਤ ਕਈ ਹਜ਼ਾਰ ਉਹ ਕਿਸੇ ਰਿਲੀਜਨ ਦੀ ਗੱਲ ਨਹੀਂ ਕਰ ਰਹੇ ਉਹ ਜਿੰਨੇ ਲੋਕਾਂ ਨੂੰ ਦਵਾਇਆ ਜਾ ਰਿਹਾ ਸੀ ਉਸ ਵਕਤ ਉਹਨਾਂ ਸਾਰਿਆਂ ਦੀ ਗੱਲ ਕਰ ਰਹੀ ਸੀ ਵੀ ਉਹ ਯਾਰ ਜਿਹਨਾਂ ਨੂੰ ਦਵਾਇਆ ਜਾ ਰਿਹਾ ਮਾਰਿਆ ਜਾ ਰਿਹਾ ਹੈ ਉਹ ਸਾਰੇ ਜਿਉਂਦੇ ਰਹਿਣਗੇ ਪੰਜ ਪਿਆਰਿਆਂ 'ਚ ਵੀ ਉਹ ਲੋਕ ਸੀ ਜਿਹਨਾਂ ਨੂੰ ਭਗਤ ਸਿੰਘ ਨੇ ਬੋਗੇ ਨੂੰ ਮਾਂ ਕਿਹਾ ਧੋਬੀ ਨਾਈ ਛਿੰਬਾ ਜਿਹੜੇ ਹੈਗੇ ਸੀ ਹੱਥੀ ਕੰਮ ਕਰਦੇ ਪਿਆਰਿਆਂ 'ਚ ਵੀ ਉਹੀ ਲੋਕ ਸੀ ਉਹ ਸਾਜੇ ਸੀ ਮਤਲਬ ਜਿੰਨੇ ਵੀ ਧਰਮ ਆਇਆ ਹਾਲਾਂਕਿ ਉਹਨਾਂ ਨੇ ਵੀ ਉਹ ਪੂਰੀ ਦੁਨੀਆ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਧਰਤੀ ਹੈ ਇਹ ਜਿਉਣ ਵਾਲੀ ਥਾਂ ਹੈ ਇਹ ਸਾਰਿਆਂ ਦੀ ਸਾਂਝੀ ਹੈ ਇਹ ਪ੍ਰੇਮ ਕਰਨ ਨੂੰ ਰੱਜ ਕੇ ਖੁਸ਼ੀ ਨਾਲ ਮਾਨਣ ਅਤੇ ਜੀਣ ਦੀ ਥਾਂ ਹੈ ਜਿਉਣ ਦੀ ਥਾਂ ਹੈ ਅਸੀਂ ਕੀ ਕਰਦੇ ਹਾਂ ਕੁਛ ਥੋੜ੍ਹੇ ਲੋਕ ਬਾਕੀਆਂ ਨੂੰ ਗੁਲਾਮ ਬਣਾਉਣ ਕੇ ਉਹਨਾਂ ਨੂੰ ਆਪਦੇ ਅਧੀਨ ਕਰ ਕਰਕੇ ਉਹਨਾਂ ਨੂੰ ਲੁੱਟ ਲੁੱਟ ਖਾਈ ਜਾਂਦੇ ਹਾਂ ਜਿੰਨੇ ਵੀ ਬੰਦੇ ਆਏ ਆ ਉਹਨਾਂ ਨੇ ਜੇ ਧਰਮ ਦਾ ਵਿਰੋਧ
ਤਾਂ ਉਹਨਾਂ ਨੇ ਇਸ ਕਰਕੇ ਕੀਤਾ ਵੀ ਇਹ ਧਰਮ ਦੇ ਨਾਮ ਤੇ ਲੋਕਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਜੀ। ਜਿਨ੍ਹਾਂ ਨੇ ਨਾਸਤਕ ਕਿਹਾ ਉਹਨਾਂ ਨੇ ਕਿਹਾ ਵੀ ਅਸੀਂ ਰੱਬ ਨੂੰ ਮੰਨਦੇ ਨਹੀਂ ਯਾਰ ਜਿਹੜਾ ਰੱਬ ਲੋਕਾਂ ਨੂੰ ਗੁਲਾਮ ਬਣਾਉਂਦਾ। ਤਾਂ ਭਗਤ ਸਿੰਘ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਹੁਣ ਜਿਹੜੇ ਸਮੇਂ 'ਚ ਡਿਪਰੈ ਹੁਣ ਮੈਂ ਭਗਤ ਸਿੰਘ ਦੀ ਗੱਲ ਕਰ ਰਿਹਾ, ਮੇਰੀ ਇੰਨੀ ਉੱਚੀ ਆਵਾਜ਼ ਨਹੀਂ ਹੈਗੀ, ਪਰ ਜਦੋਂ ਮੈਂ ਉਹਦੀ ਗੱਲ ਕਰ ਰਿਹਾ ਮੈਨੂੰ ਇਹ ਲੱਗ ਰਿਹਾ ਵੀ ਯਾਰ ਕਿਉਂਕਿ ਉਹ ਬੰਦਾ ਹੈ ਹੀ ਇੰਨਾ ਕਮਾਲ ਦਾ ਕਿ ਸਾਨੂੰ ਉਹ ਬੋਲਣ ਦੇ ਕਾਬਿਲ ਬਣਾਉਂਦਾ ਜੀ। ਅਤੇ ਹੁਣ ਉਹਦੇ ਵਿੱਚ ਨਾਟਕ ਦੇ ਵਿੱਚ ਅੱਗੇ ਜਾ ਕੇ ਜ਼ਿਕਰ ਆਉਂਦਾ ਹੈਗਾ ਕਿ ਇੱਕ ਬੜੀ ਪਿਆਰੀ ਗੱਲ ਹੈ ਕਿ ਉਹ ਖਾਨ ਬਹਾਦਰ ਹੈ ਜਿਹੜਾ ਉਹ ਜਿਹੜਾ ਜੇਲਰ ਹੈ, ਹੁਣ ਉਹ ਬੰਦੇ ਨੂੰ ਇਹ ਲੱਗਦਾ ਯਾਰ ਇਹ ਨੌਜਵਾਨ ਬੰਦਾ ਹੈ, ਵਾਰ ਵਾਰ ਗੱਲਾਂ ਕਰਦਾ, ਕਦੇ ਕਹਿੰਦਾ ਵੀ ਮੈਂ ਤੁਹਾਨੂੰ ਰਹਿਮ ਦੀ ਅਪੀਲ ਕਰਨ ਦਾ ਮਸ਼ਵਰਾ ਦਿਆਂਗਾ, ਅਤੇ ਭਗਤ ਸਿੰਘ ਕਹਿੰਦਾ ਵੀ ਸਾਨੂੰ ਦੁਸ਼ਮਣ ਤੋਂ ਭੀਖ ਮੰਗਣ ਦੀ ਸਲਾਹ ਨਾ ਦਿਓ, ਅਤੇ ਕਦੇ ਉਹ ਕਹਿੰਦਾ ਵੀ ਬਰਖੁਰਦਾਰ ਵੀ ਮੈਂ ਇੰਨਾ ਉਦਾਸ ਕਿਸੇ ਮਰਗਤ ਤੋਂ ਵੀ ਨਹੀਂ ਮੁੜਿਆ ਜਿੰਨਾ ਮੈਂ ਤੇਰੀ ਕੋਠੜੀ 'ਚ ਮੁੜਦਾ। ਉਹ ਕਹਿੰਦਾ ਵੀ ਮੈਂ ਤੁਹਾਡੇ ਮਸ਼ਵਰੇ ਦੀ ਕਦਰ ਕਰਦਾ ਪਰ ਮੈਂ ਠੰਡੇ ਦਿਲ ਨਾਲ ਉਡੀਕ ਫਾਂਸੀ ਦੀ ਉਡੀਕ ਕਰ ਰਿਹਾ। ਕਹਿੰਦਾ ਮੈਂ ਮਤਲਬ ਜਿਹੜਾ ਹੈਗਾ ਸੀ ਮੈਨੂੰ ਉਹ ਮੰਜ਼ਰ ਨਜ਼ਰ ਆ ਰਿਹਾ ਵੀ ਹਾਂ ਮੈਂ ਜਾਣਾ ਹੈ ਜੀ, ਅਤੇ ਉਹਨੂੰ ਇਹ ਵੀ ਨਜ਼ਰ ਆ ਰਿਹਾ ਕਿ ਜਦੋਂ ਮੈਂ ਜਾਊਂਗਾ ਮੇਰੇ ਜਾਣ ਦਾ ਜਿਹੜਾ ਹੈਗਾ ਸੀ ਅਸਰ ਕੀ ਹੋਣਾ ਹੈ। ਅੱਜ 90 ਸਾਲ ਬਾਅਦ ਵੀ ਉਹਦੀ ਉਸ ਗੱਲ ਦਾ ਅਸਰ ਹੈ ਕਿ ਆਪਾਂ ਅੱਜ ਉਹਦੀ ਗੱਲ ਕਰ ਰਹੇ। ਅਤੇ ਉਹ ਕਹਿੰਦਾ ਵੀ ਤੇਰੀ ਕੋਈ ਆਖਰੀ ਇੱਛਾ ਹੋਵੇ। ਭਗਤ ਸਿੰਘ ਕਹਿੰਦਾ ਵੀ ਹਾਂ, ਕਹਿੰਦਾ ਵੀ ਇੱਕ ਤਾਂ ਮੈਂ ਆਪਣੇ ਚਾਚਾ ਅਜੀਤ ਸਿੰਘ ਨੂੰ ਮਿਲਣਾ ਚਾਹੁੰਦਾ ਸੀ ਜੇ ਕਿਤੇ ਮੈਨੂੰ ਮਿਲ ਜਾਂਦੇ। ਹੁਣ ਚਾਚਾ ਅਜੀਤ ਸਿੰਘ ਦਾ ਦੇਖੋ ਪਗੜੀ ਸੰਭਾਲ ਜੱਟਾ ਮੁਹਿੰਮ ਸੀ ਜਿਹੜੀ ਕਿਸਾਨ ਮੂਵਮੈਂਟ ਸੀ ਉਹਦੇ ਵਿੱਚ ਬਹੁਤ ਵੱਡਾ ਲੀਡਰ ਸੀ ਉਹ। ਬਿਲਕੁਲ। ਕਹਿੰਦਾ ਮੈਂ ਚਾਚੇ ਆਪਣੇ ਚਾਚੇ ਦੀਆਂ ਪੈੜਾਂ 'ਤੇ ਚੱਲਿਆ, ਅੱਜ ਮੈਂ ਇੱਥੇ ਬੈਠਾ। ਮੇਰੇ ਚਾਚਾ ਕਹਿੰਦੇ ਉਹਨੂੰ ਜਦੋਂ ਉਹਨੂੰ ਪਤਾ ਲੱਗੂਗਾ ਵੀ ਹਾਂ ਮੇਰਾ ਭਤੀਜਾ ਹੋ ਗਿਆ ਐਂ ਚੁੰਮ ਕੇ ਰੱਸਾ ਫਾਂਸੀ ਦਾ, ਕਹਿੰਦਾ ਉਹਨੂੰ ਕਿੰਨੀ ਖੁਸ਼ੀ ਹੋਊਗੀ। ਕਾਸ਼ ਕਹਿੰਦਾ ਮੈਂ ਉਹਨੂੰ ਮਿਲ ਸਕਦਾ। ਇੱਕ ਮੇਰੇ ਮਨ ਦੀ ਖੁਆਇਸ਼ ਹੋਰ ਹੈ, ਕਹਿੰਦਾ ਕਿ ਕਹਿੰਦਾ ਵੀ ਅੱਜ ਕੱਲ੍ਹ ਨਾ ਮੇਰੇ ਦਿਲ 'ਚ ਖਾਸ ਇੱਛਾ ਪੈਦਾ ਹੁੰਦੀ ਉਹ ਬੇਬੇ ਦੇ ਹੱਥਾਂ ਦੀ ਪੱਕੀ ਰੋਟੀ ਖਾਣੀ ਹੈ। ਕਹਿੰਦਾ ਵੀ ਇਹ ਤਾਂ ਕੋਈ ਗੱਲ ਨਹੀਂ, ਮੈਂ ਪਿੰਡ ਸੁਨੇਹਾ ਭੇਜ ਦਿੰਦਾ। ਹੱਸਣ ਲੱਗ ਜਾਂਦਾ, ਕਹਿੰਦਾ ਨਹੀਂ, ਕਹਿੰਦਾ ਬੇਬੇ ਤਾਂ ਮੈਨੂੰ ਹਰ ਰੋਜ਼ ਇੱਥੇ ਮਿਲਣ ਆਉਂਦੀ ਹੈ। ਕਹਿੰਦਾ ਕੀ ਗੱਲ ਕਰ ਰਹੇ ਹੋ? ਕਹਿੰਦਾ ਇੱਥੇ ਜਿਹੜਾ ਬੋਗਾ ਹੁੰਦਾ ਨਾ ਉਹ ਮੇਰੀ ਬੇਬੇ ਆ। ਦੰਗ ਰਹਿ ਜਾਂਦਾ ਉਹ, ਕਹਿੰਦਾ ਕਿਆ ਬਾਤ ਹੈ, ਕਹਿੰਦਾ ਤੂੰ ਉਹਨੂੰ ਬੇਬੇ ਬਣਾਈ ਬੈਠਾ ਹੈ। ਕਹਿੰਦਾ ਕੈਸਾ ਬੰਦਾ ਹੈ ਤੂੰ? ਕਹਿੰਦਾ ਹਾਂ ਮੇਰੀ ਬੇਬੇ ਹੈ, ਹਰ ਰੋਜ਼ ਮੈਨੂੰ ਮਿਲ ਕੇ ਜਾਂਦੀ ਹੈ, ਗੱਲਾਂ ਕਰਕੇ ਜਾਂਦੀ ਆ। ਅਤੇ ਉਹਦੀਆਂ ਅੱਖਾਂ ਭਰ ਆਉਂਦੀਆਂ। ਖਾਨ ਬਹਾਦਰ ਕਹਿੰਦਾ ਯਾਰ ਮੈਂ ਫਿਰ ਵੀ ਅੱਲਾ ਅੱਗੇ ਤੇਰੀ ਦੁਆ ਕਰੂੰਗਾ, ਤੇਰੀ ਲੰਬੀ ਉਮਰ ਦੀ ਦੁਆ ਕਰੂੰਗਾ। ਫਿਰ ਉਹ ਕਿਤਾਬਾਂ ਮੰਗਾਉਂਦਾ। ਹੁਣ ਭਗਤ ਸਿੰਘ ਜੇਲ੍ਹ ਦੇ ਵਿੱਚ, ਤੁਸੀਂ ਦੇਖੋ ਕਿ ਉਹਨੂੰ ਪਤਾ ਵੀ ਮੈਨੂੰ ਫਾਂਸੀ ਲੱਗਣੀ ਹੈ। ਹੁਣ ਬੰਦੇ ਨੂੰ ਇਹ ਪਤਾ ਲੱਗ ਜਾਵੇ ਮਰ ਜਾਣਾ, ਇੱਥੇ ਤਾਂ ਜਿਉਂਦੇ ਜੀ ਲੋਕ ਮਰਨ ਨੂੰ ਤਿਆਰ ਹੋਏ ਫਿਰਦੇ ਆ। ਅੱਜ ਕੱਲ੍ਹ ਦੇ ਆਹ ਸੋਸ਼ਲ ਮੀਡੀਆ ਦੇ ਦੌਰ 'ਚ ਕਿੱਥੇ ਪੜੂਗਾ ਅੱਜ ਕੱਲ੍ਹ ਦੇ? ਨਿੱਕੀ ਜਿਹੀ ਗੱਲ 'ਤੇ ਆਈ ਐਮ ਫੀਲਿੰਗ ਡਿਪਰੈਸਡ, ਉਹ ਸੁਸਾਈਡ, ਅਤੇ ਜੇ ਕੋਈ ਉੱਚੀ ਹੱਸਦਾ ਹੋਵੇ ਉਹ ਕਹੇ ਯਾਰ ਇਹਨੂੰ ਭਾਵੇਂ ਬੜੀ ਅੱਗ ਲੱਗੀ ਯਾਰ, ਹਨਾ? ਵੈਸੇ ਵੀ ਮਤਲਬ ਹੱਸਦੇ ਬੰਦੇ ਨੂੰ ਲੋਕ, ਹੱਸਦਾ ਬੰਦਾ ਲੋਕਾਂ ਨੂੰ ਚੁੱਭਦਾ। ਅਤੇ ਭਗਤ ਸਿੰਘ ਆਪਣੀ ਮੌਤ ਨੂੰ ਦੇਖ ਕੇ ਖੁਸ਼ ਹੋ ਰਿਹਾ। ਅਤੇ ਹੁਣ ਅੱਗੇ ਜਾ ਕੇ ਇੱਕ ਭਗਤ ਸਿੰਘ ਦੀ ਮਾਂ ਨੂੰ ਮਿਲਣ ਆਉਂਦੀ ਹੈ ਨਾ। ਪਹਿਲਾਂ ਉਹ ਕਹਿੰਦਾ ਵੀ ਬਾਕੀ ਸਾਥੀਆਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਮੈਂ ਕਿਸੇ ਨੂੰ ਨਹੀਂ ਮਿਲੂੰਗਾ। ਉਹ ਕਹਿੰਦੇ ਨਹੀਂ ਵੀ ਤੂੰ ਮਿਲ ਲਾ। ਤਾਂ ਆਪਣੀ ਮਾਂ ਨੂੰ ਮਿਲਦਾ ਹੈਗਾ, ਪੈਰੀਂ ਹੱਥ ਲਾਉਂਦਾ। ਅਤੇ ਉਹ ਮਾਂ ਕਹਿੰਦੀ ਹੈ, ਕਹਿੰਦੀ ਪੁੱਤ ਇਹ ਕਿਹੜੀ ਉਮਰ ਦੀਆਂ ਉਦਾਸੀਆਂ ਨੇ, ਇਸੇ ਉਮਰ 'ਚ ਖਾਣ ਪੀਣ ਮੁਕਾ ਲਿਆ। ਚੁੱਪ ਹੋ ਜਾਂਦਾ ਭਗਤ ਸਿੰਘ, ਸੋਚ ਕੇ ਬੋਲਦਾ, ਕਹਿੰਦੀ ਮਾਂ ਵੈਣਾਂ ਦੇ ਰੁੱਤੇ ਹਾਸਿਆਂ ਨੂੰ ਫੁੱਲ ਨਹੀਂ ਲੱਗਦੇ। ਕਹਿੰਦਾ ਮੈਂ ਜੇ ਜਵਾਨ ਲੰਮੀਆਂ ਤਾਣ ਕੇ ਸੌਂ ਗਏ ਤਾਂ ਦੇਸ਼ ਲਈ ਕੌਣ ਕੌਣ ਲੜੂਗਾ? ਕਹਿੰਦੀ ਪੁੱਤ ਵੀ ਜੀ ਕਰਦਾ, ਕਹਿੰਦੀ ਉਹ ਤੋੜ ਦੇ ਇਹਨਾਂ ਜੰਜੀਰਾਂ ਨੂੰ, ਨਿਕਲਿਆ ਜੇਲ੍ਹ ਚੋਂ ਬਾਹਰ ਆ। ਉਹ ਕਹਿੰਦੀ ਮਾਂ ਤੂੰ ਇਹ ਸੋਚ, ਕਹਿੰਦੀ ਲੱਖਾਂ ਲੋਕ ਉੱਠ ਖੜੇ ਹੋਣਗੇ। ਕਹਿੰਦੀ ਪੁੱਤ ਮੈਂ ਤਾਂ ਇਹੀ ਸੁਣਦੀ ਹਾਂ, ਮੈਂ ਅਜੀਤ ਸਿੰਘ ਨੂੰ ਤੋਰਿਆ ਤੇਰੇ ਚਾਚੇ ਨੂੰ, ਸਵਰਨ ਸਿੰਘ ਦੀ ਲਾਸ਼ ਮੈਂ ਹੱਥੀ ਸੰਭਾਲੀ ਹੈ, ਅਤੇ ਹੁਣ ਮੈਂ ਤੈਨੂੰ ਜਾਂਦਾ ਦੇਖ ਰਹੀ ਹਾਂ। ਕਹਿੰਦਾ ਉਹਨੇ 4 ਵਾਰੇ ਸੀ, 1 ਵਾਰ ਦੇ ਤੂੰ। ਅਤੇ ਉਹ ਕਹਿੰਦੀ ਵੀ ਤੂੰ ਆਪਣੇ ਪਰਿਵਾਰ ਬਾਰੇ ਨਹੀਂ ਤੈਨੂੰ ਖਿਆਲ ਆਉਂਦਾ, ਤੈਨੂੰ ਆਪਣੇ ਬਾਪ ਬਾਰੇ ਨਹੀਂ ਖਿਆਲ ਆਉਂਦਾ? ਕਹਿੰਦੀ ਮਾਂ ਆ ਸਾਰੇ ਜਹਾਨ ਦੇ ਵਿੱਚ ਮੇਰਾ ਪਰਿਵਾਰ ਵੀ ਸ਼ਾਮਿਲ ਹੈ। ਕਹਿੰਦੀ ਫਿਰ ਘਰ ਬਾਰ ਦੀਆਂ ਗੱਲਾਂ ਨਹੀਂ ਕਰਨੀਆਂ? ਕਹਿੰਦਾ ਬੜੇ ਚਾਅ ਨਾਲ। ਕਹਿੰਦਾ ਮਾਂ ਕਹਿੰਦਾ ਤੈਨੂੰ ਪਤਾ ਮੇਰਾ ਭਾਰ ਵੱਧ ਗਿਆ। ਕਹਿੰਦੀ ਪੁੱਤ ਮੈਨੂੰ ਇਹਦੇ ਨਾਲ ਕੀ? ਕਹਿੰਦਾ ਫਿਰ ਉਹਦਾ ਮਨ ਭਰ ਆਉਂਦਾ, ਕਹਿੰਦਾ ਮੈਨੂੰ ਪਤਾ ਪਿਤਾ ਜੀ ਮੇਰੇ ਤੋਂ ਬਾਅਦ ਜ਼ਿਆਦਾ ਚਿਰ ਜੀ ਨਹੀਂ ਸਕਣਗੇ, ਤੁਸੀਂ ਜਾ ਕੇ ਨਾ ਉਹਨਾਂ ਦੇ ਨਾਲ ਬੰਗੇ ਜਾ ਕੇ ਨਾਲ ਰਹੋ, ਇਕੱਠੇ ਰਹੋ, ਪਿਆਰ ਨਾਲ ਰਹੋ, ਕੁਲਵੀਰ ਉਹਦੇ ਜਿਹੜੇ ਭਤੀਜੇ ਹੁੰਦੇ ਆ ਸਾਰੇ ਜਣੇ ਪਿਆਰ ਨਾਲ ਰਹੋ। ਕਹਿੰਦੀ ਹਾਂ ਠੀਕ ਹੈ ਪੁੱਤ। ਅਤੇ ਉਹ ਜਦੋਂ ਜਾਣ ਲੱਗਦੀ ਹੈ ਅਤੇ ਉਹ ਮੁਲਾਕਾਤ ਦਾ ਸਮਾਂ ਖਤਮ, ਕਹਿੰਦਾ ਮਾਂ ਇੱਕ ਗੱਲ ਹੋਰ ਸੁਣ ਲਾ। ਮਾਂ ਮੁੜਦੀ ਹੈ ਅਤੇ ਭਗਤ ਸਿੰਘ ਕਹਿੰਦਾ ਮਾਂ ਲਾਸ਼ ਲੈਣ ਨਾ ਆਵੀ ਤੂੰ। ਉਹਦੀਆਂ ਅੱਖਾਂ ਭਰ ਆਉਂਦੀਆਂ, ਇੱਕਦਮ ਭੁੱਬ ਨਿਕਲ ਜਾਂਦੀ ਹੈ ਮਾਂ ਦੀ। ਮਾਂ ਨੂੰ ਗੱਲ ਆ, ਕਹਿੰਦਾ ਮਾਂ ਤੂੰ ਇਸੇ ਤਰ੍ਹਾਂ ਰੋਪੇਂਗੀ, ਜੇ ਤੂੰ ਰੋਪੀ ਨਾ ਤੈਨੂੰ ਦੇਖ ਕੇ ਲੱਖਾਂ ਮਾਵਾਂ ਦਾ ਜਿਗਰ ਅਟੈ ਜੂਗਾ।
ना कहना मां आई ना तू मां ऐ करके हंजू पूंजदी मुस्कुराउंदी कहंदी पुत नहीं रोंदी कहंदी कहंदी जुग जुग जी जवानी आ मां कहंदा मैं जुग जुग जीवांगा सदा जवान रहांगा तुसी देखो कि ओदा विजन है अज भी भगत सिंह 23 साल दा मुंडा है असी जवान क्यास भी नहीं सकदे जवान है मतलब मैनू इह लगदा वी जे साडे कोले एड्डी वड्डी एग्जांपल है अज दे समें च मैनू नहीं लगदा कि साडे कोले कोई डिप्रेशन दा कुछ कुछ मतलब कोई कारण हो सकता है कोई उदास होने का कोई कारण हो साडे कोले लाइफ है यार असी जी रहे हां ते फिर अखीर दे विच ना की हुंदा है वह बोगा रोटी वाला किस्सा जिहड़ा उह हुण विच विच उह किते इह पढ़ के उहनूं पढ़ के सुणाउंदा वी कि मैनूं इस गल दी हैरानी है कि बंदा मौत तों डरदा है कि जदों कि हर किसी बंदे नूं पता है कि मौत आऊगी ते इक दिन जरूर आऊगी ते उह कहिंदा यार किहो जिही मौत दीआं गल्लां करी जांदा तूं कहिंदा यार मौत जिंदगी दा सिखर हुंदी है ते किते उहनूं मतलब उह रुसदा जाण बुझ के कदे कुछ कदे कुछ ते एक वारी उहदे मित्र चिट्ठी पाउंदे आ उहनूं बोगे दे थ्रू भेजदे आ कहिंदे वी जे तूं चाहे ते जेल चों भज्जण दा प्रबंध करिए ते बोगा कहिंदा यार मन जा कहिंदा भगत भगत आ यार ਤਾਂ ਉਹਨੂੰ ਕਹਿੰਦਾ ਵੀ ਉਹਨੂੰ ਚਿੱਠੀ ਲਿਖਦਾ ਆਪਣੇ ਮਿੱਤਰਾਂ ਨੂੰ ਕਹਿੰਦਾ ਵੀ ਮਿੱਤਰੋ ਮੈਂ ਕਹਿੰਦਾ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਉਂਦੇ ਰਹਿਣ ਦੀ ਕੁਦਰਤੀ ਇੱਛਾ ਮੇਰੇ 'ਚ ਵੀ ਹੈ ਆ ਪਿੱਛੇ ਜੇ ਇੱਕ ਚਿੱਠੀ ਵੀ ਰਿਵੀਲ ਹੋਈ ਹੈ ਸ਼ਾਇਦ ਉਹਦੇ ਭਤੀਜੇ ਨੇ ਕਿ ਚਿੱਠੀ ਪਿੱਛੇ ਚਿੱਠੀ ਰਿਵੀਲ ਹੋਈ ਉਹਦੇ 'ਚ ਉਹਨੇ ਚਿੱਠੀ ਲਿਖੀ ਹੈ ਕਹਿੰਦਾ ਮੇਰਾ ਵੀ ਦਿਲ ਕਰਦਾ ਮੇਰੀ ਇੱਕ ਮਹਿਬੂਬ ਹੋਵੇ ਮੇਰਾ ਵੀ ਦਿਲ ਕਰਦਾ ਕਿ ਮੈਂ ਕਿਸੇ ਪ੍ਰੇਮੀ ਵਾਂਗੂ ਬਾਹਾਂ 'ਚ ਬਾਹਾਂ ਪਾ ਕੇ ਉਹਦੇ ਨਾਲ ਘੁੰਮਾਂ ਪਰ ਕਹਿੰਦਾ ਮੈਂ ਜਿਹੜਾ ਪ੍ਰੇਮ ਕਰਦਾ ਮੇਰਾ ਪ੍ਰੇਮ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੈ ਮੈਂ ਆਜ਼ਾਦੀ ਨੂੰ ਪਿਆਰ ਕਰਦਾ ਉਹ ਆਜ਼ਾਦੀ ਜਿਹੜੀ ਲੱਖਾਂ ਲੋਕਾਂ ਕਰੋੜਾਂ ਮਜ਼ਦੂਰਾਂ ਕਿਸਾਨਾਂ ਦੀ ਆਜ਼ਾਦੀ ਹੈ ਤੇ ਮੈਂ ਕਿੱਥੇ ਸੀ ਕਿਹੜੀ ਗੱਲ ਕਰ ਰਿਹਾ ਆਪਾਂ ਬੋਗੇ ਵਾਲੀ ਗੱਲ ਤੇ ਕਰ ਰਹੇ ਸੀਗੇ ਰੋਟੀ ਵਾਲਾ ਜਿਹੜਾ ਕਹਿੰਦਾ ਵੀ ਜਿਉਂਦੇ ਰਹਿਣ ਦੀ ਕੁਦਰਤੀ ਇੱਛਾ ਮੇਰੇ 'ਚ ਪਰ ਮੈਂ ਗੁਲਾਮ ਹੋ ਕੇ ਜਿਉਣਾ ਨਹੀਂ ਚਾਹੁੰਦਾ ਤੇ ਕਹਿੰਦਾ ਉਹ ਫਿਰ ਸੰਦੇਸ਼ਾ ਦਿੰਦਾ ਕਹਿੰਦਾ ਵੀ ਉੱਠ ਖੜੇ ਹੋਏ ਹੋ ਸਾਰੇ ਜਣੇ ਜੂਝਿਓ ਕਹਿੰਦਾ ਇੱਕ ਦਿਨ ਆਜ਼ਾਦੀ ਤੁਹਾਡੇ ਹੱਥ 'ਚੋਂ ਫਿਰ ਉਹ ਉਹਨੂੰ ਕਿਹਾ ਜਾਂਦਾ ਜਿਹੜੀ ਬੰਬ ਅਤੇ ਪਿਸਤੌਲ ਵਾਲੀ ਗੱਲ ਜਿਹੜੀ ਆਹ ਪਿਸਟਲ ਵਾਲਾ ਭਗਤ ਸਿੰਘ ਪੇਸ਼ ਕੀਤਾ ਜਾ ਰਿਹਾ ਉਹ ਕਹਿੰਦਾ ਵੀ ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਬੰਬ ਅਤੇ ਪਿਸਤੌਲ ਨਾਲ ਆਜ਼ਾਦੀ ਨਹੀਂ ਲਿਆਂਦੀ ਜਾ ਸਕਦੀ ਜਦੋਂ ਉਹਨੇ ਸਾਂਡਰਸ ਦਾ ਕਤਲ ਹੋਇਆ ਸੀ ਤਾਂ ਭਗਤ ਸਿੰਘ ਰਾਤ ਨੂੰ ਆ ਕੇ ਰੋਇਆ ਸੀ ਇਹ ਹਿਸਟਰੀ ਦੇ ਦਸਤਾਵੇਜ਼ਾਂ ਦੇ ਦਰਜ ਹੈ ਉਹ ਕਹਿੰਦਾ ਮੈਂ ਇੱਕ ਇਨਸਾਨੀ ਜ਼ਿੰਦਗੀ ਦੀ ਬਹੁਤ ਕਦਰ ਕਰਦਾ ਮੇਰੇ ਹੱਥੋਂ ਇੱਕ ਇਨਸਾਨ ਮਰਿਆ ਪਰ ਕਿਉਂਕਿ ਉਹ ਇੱਕ ਅੰਗਰੇਜ਼ ਸਰਕਾਰ ਦਾ ਨੁਮਾਇੰਦਾ ਸੀ ਸਾਨੂੰ ਇੱਕ ਜੰਗ ਦੇ ਵਿੱਚ ਧਕੇਲਿਆ ਗਿਆ ਅਤੇ ਸਾਡੇ ਤੋਂ ਇਹ ਘਟਨਾ ਵਾਪਰੀ ਹੈ ਅਤੇ ਇੱਥੇ ਉਹ ਕਹਿੰਦਾ ਵੀ ਬੰਬ 'ਤੇ ਕਹਿੰਦਾ ਵੀ ਹਾਂ ਇਹ ਜੰਗ ਇੱਕਜੁੱਟਤਾ ਨਾਲ ਲੜੀ ਜਾ ਸਕਦੀ ਹੈ ਕਿ ਜਦੋਂ ਸਾਰੇ ਮਜ਼ਦੂਰ ਕਿਸਾਨ ਲੋਕ ਮੱਧ ਵਰਗੀ ਸਾਰੇ ਇਕੱਠੇ ਹੋ ਕੇ ਜੰਗ ਲੜਨਗੇ ਫਿਰ ਕਹਿੰਦਾ ਜਿਹੜੀ ਆਜ਼ਾਦੀ ਹੋਊਗੀ ਉਹ ਕੰਪਲੀਟ ਆਜ਼ਾਦੀ ਹੋਊਗੀ ਕਾਣੀ ਆਜ਼ਾਦੀ ਨਹੀਂ ਹੋਊਗੀ ਅਤੇ ਉਹ ਚਿੱਠੀ ਪਾਉਂਦਾ ਹੈਗਾ ਹੁਣ ਅਖੀਰਲੇ ਜਦੋਂ ਕੀ ਹੁੰਦਾ ਹੈ ਕਿ ਅਚਾਨਕ ਫਿਰ ਕੀ ਹੁੰਦਾ ਕਿ ਪੜ੍ਹ ਰਿਹਾ ਕਿਤਾਬ ਪੜ੍ਹ ਰਿਹਾ ਇੱਕ ਇਨਕਲਾਬੀ ਕਿਤਾਬ ਪੜ੍ਹ ਰਿਹਾ ਅਤੇ ਪਿੱਛੋਂ ਜੇਲਰ ਆਉਂਦਾ ਉਹਨੇ ਕਾਲੇ ਕੱਪੜੇ ਫੜੇ ਹੋਏ ਆ ਅਤੇ ਅਚਾਨਕ ਭਗਤ ਸਿੰਘ ਦੀ ਫਾਂਸੀ ਅਚਾਨਕ ਹੀ ਰਾਤ ਮਤਲਬ ਜਿਹੜੀ ਹੈਗੀ ਸੀ ਹੁਣੀ ਸਵੇਰੇ ਸੀ ਮੈਨੂੰ ਲੱਗਦਾ ਰਾਤ ਨੂੰ ਹੀ ਉਹਨਾਂ ਨੇ ਫਾਂਸੀ ਦੇ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਵੇਰੇ ਬਵਾਲ ਖੜਾ ਹੋ ਜਾਊਗਾ ਜੀ ਇਹਦੇ 'ਤੇ ਵੀ ਬਹੁਤ ਸਾਰੇ ਮਤਭੇਦ ਨੇ ਵੀ ਕਦੋਂ ਦਿੱਤੀ ਗਈ ਜਾਂ ਨਾਟਕ ਦੇ ਹਿਸਾਬ ਨਾਲ ਮੈਂ ਆਪਾਂ ਉਹਦੇ ਹਵਾਲੇ ਤੋਂ ਗੱਲ ਕਰ ਰਹੇ ਹਾਂ ਕਿ ਰਾ ਉਹ ਆਉਂਦਾ ਕਿ ਕਹਿੰਦਾ ਵੀ ਉਹ ਕਹਿੰਦਾ ਭਗਤ ਸਿੰਘ ਸਰਦਾਰ ਭਗਤ ਸਿੰਘ ਉਹਨਾਂ ਰੁਕੋ ਤਾਂ ਉਹ ਕਿਤਾਬ ਦਾ ਪੰਨਾ ਪੜ੍ਹਦਾ ਹੈ ਕਹਿੰਦਾ ਇੱਕ ਇਨਕਲਾਬੀ ਦੂਸਰੇ ਇਨਕਲਾਬੀ ਨੂੰ ਮਿਲ ਰਿਹਾ ਮਤਲਬ ਸ਼ਾਇਦ ਉਸ ਵਕਤ ਲੈਨਿਨ ਦੀ ਸ਼ਾਇਦ ਕਿਤਾਬ ਪੜ੍ਹ ਰਿਹਾ ਸੀ ਤਾਂ ਉਹਨੇ ਪੰਨਾ ਮੋੜਿਆ ਤਾਂ ਪੰਨਾ ਮੋੜਨ ਬਾਰੇ ਵੀ ਬਹੁਤ ਅੱਜ ਦੇ ਸਮੇਂ 'ਚ ਡਿਬੇਟ ਹੁੰਦੀ ਹੈ ਕਿ ਉਹਨੇ ਉਹ ਕਹਿੰਦਾ ਸੀ ਮੈਂ ਇੱਕ ਪੰਨਾ ਮੋੜ ਚੱਲਿਆ ਮੇਰੀ ਅਗਲੀ ਜਨਰੇਸ਼ਨ ਇਸ ਪੰਨੇ ਤੋਂ ਅਗਲਾ ਇਤਿਹਾਸ ਸ਼ੁਰੂ ਕਰੂਗੀ ਪੰਨਾ ਮੋੜ ਕੇ ਰੱਖਦਾ ਕਹਿੰਦਾ ਦੱਸੋ ਖਾਨ ਸਾਹਿਬ ਕਹਿੰਦਾ ਵੀ ਤੁਹਾਡੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਤੁਹਾਡੀ ਫਾਂਸੀ ਦਾ ਸਮਾਂ ਆ ਗਿਆ ਕਹਿੰਦਾ ਫਾਂਸੀ ਦਾ ਸਮਾਂ ਤਾਂ ਸਵੇਰ ਦਾ ਹੁੰਦਾ ਹੈ ਤਾਂ ਉਹ ਇੱਕ ਕਹਾਵਤ ਸੀ ਕਿ ਅੰਗਰੇਜ਼ ਦੇ ਸਾਮਰਾਜ ਦੇ ਅੰਗਰੇਜ਼ ਦੇ ਰਾਜ ਵਿੱਚ ਕਿਧਰੇ ਵੀ ਸ਼ਾਮ ਨਹੀਂ ਹੁੰਦੀ ਭਗਤ ਸਿੰਘ ਕਹਿੰਦਾ ਖਾਨ ਸਾਹਿਬ ਤੁਸੀਂ ਸ਼ਾਮ ਦੀ ਗੱਲ ਕਰਦੇ ਹੋ ਅੰਗਰੇਜ਼ ਸਾਮਰਾਜ ਦਾ ਤਾਂ ਸੂਰਜ ਡੁੱਬ ਜੂਗਾ ਇੱਕ ਦਿਨ ਤੁਸੀਂ ਦੇਖੋ ਵੀ ਉਹ ਗੱਲ ਵਾਪਰੀ ਬਾਅਦ ਦੇ ਵਿੱਚ ਅਤੇ ਉਹ ਕਹਿੰਦਾ ਵੀ ਖੈਰ ਆਹ ਕਾਲੇ ਕੱਪੜੇ ਪਾ ਲਓ ਕਹਿੰਦਾ ਵੀ ਆਹ ਕੰਟੋਪ ਪਾ ਲਓ ਮੂੰਹ 'ਤੇ ਕਹਿੰਦਾ ਕਿਉਂ ਕਹਿੰਦਾ ਮੈਂ ਆਪਣੀ ਦੁਨੀਆ ਆਪਣੇ ਲੋਕਾਂ ਤੋਂ ਬੇਮੁੱਖ ਹੋ ਕੇ ਨਹੀਂ ਜਾਣਾ ਚਾਹੁੰਦਾ ਮੈਂ ਜਾਊਂਗਾ ਤਾਂ ਨੰਗੇ ਧੜ ਜਾਊਂਗਾ ਅਤੇ ਉਹ ਕੰਟੋਪ ਨਹੀਂ ਪਾਉਂਦਾ ਅਤੇ ਹੁਣ ਉਹ ਕਹਿੰਦਾ ਵੀ ਜੇਲਰ ਸਾਹਿਬ ਮੈਨੂੰ ਬਖਸ਼ਣਗੇ ਨਹੀਂ ਹੈਗੇ ਵੀ ਐਂ ਕਰਕੇ ਉਹ ਮਿੰਨਤਾਂ ਤਰਲੇ ਕਰਦਾ ਕਹਿੰਦਾ ਜੇਲਰ ਸਾਹਿਬ ਆਪਣੇ ਭਗਤ ਸਿੰਘ ਕਹਿੰਦਾ ਜੇਲਰ ਸਾਹਿਬ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਗੇ ਜਦੋਂ ਦੇਖਣਗੇ ਕਿ ਮੈਂ ਕਿਹੋ ਜਿਹੇ ਇਨਕਲਾਬੀ ਨੂੰ ਦੇਖ ਰਿਹਾ ਜਿਹੜਾ ਆਪਣੀ ਦੁਨੀਆ ਦੀ ਖਾਤਰ ਆਪਣੀ ਆਜ਼ਾਦੀ ਦੀ ਖਾਤਰ ਆ ਇੰਨੇ ਲੋਕਾਂ ਦੀ ਫਰੀਡਮ ਦੀ ਖਾਤਰ ਆ ਚੁੰਮ ਕੇ ਖੁਸ਼ੀ ਨਾਲ ਫਾਂਸੀ ਦਾ ਰੱਸਾ ਕਹਿੰਦਾ ਇਹੋ ਜਿਹਾ ਦ੍ਰਿਸ਼ ਦੇਖ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਗੇ ਵੀ ਕਿਆ ਬਾਤ ਹੈ ਮੈਂ ਇਹੋ ਜਿਹਾ ਮੰਜ਼ਰ ਦੇਖਿਆ ਅਤੇ ਉਹ ਉੱਚੀ ਸਾਰੀ ਬੋਲਦਾ ਇਨਕਲਾਬ ਜ਼ਿੰਦਾਬਾਦ ਹੁਣ ਉਹ ਚਲਾ ਜਾਂਦਾ ਅਤੇ ਪਿੱਛੋਂ ਉਸ ਤੋਂ ਪਹਿਲਾਂ ਬੋਗੇ ਨੂੰ ਸ਼ਾਮ ਨੂੰ ਕਹਿੰਦਾ ਬੋਗਾ ਕਹਿੰਦਾ ਵੀ ਸਰਦਾਰਾ ਮੈਂ ਨਾ ਉਹਨੂੰ ਪਤਾ ਹੁੰਦਾ ਵੀ ਇਹਨੇ ਚਲੇ ਜਾਣਾ ਕਹਿੰਦਾ ਤੈਨੂੰ ਪਤਾ ਵੀ ਜਦੋਂ ਕੱਲ੍ਹ ਨੂੰ ਤੂੰ ਨਾ ਹੋਇਆ ਮੇਰੇ 'ਤੇ ਕੀ ਬੀਤੂਗੀ ਭਗਤ ਸਿੰਘ ਕਹਿੰਦਾ ਜਾਣ ਵਾਲਿਆਂ ਦਾ ਨਾ ਮੋਹ ਨਹੀਂ ਕਰੀਦਾ
ਕਹਿੰਦਾ ਯਾਰ ਮੈਂ ਕੁਝ ਕਰ ਤਾਂ ਸਕਦਾ ਨਹੀਂ, ਮੇਰੇ ਕੋਲ ਇੰਨਾ ਕੁਝ ਤਾਂ ਹੈ ਨਹੀਂ, ਪਰ ਜੇ ਮੈਂ ਤੇਰੇ ਲਈ ਕੁਝ ਕਰ ਸਕਦਾ ਤਾਂ ਮੈਨੂੰ ਦੱਸ। ਭਗਤ ਸਿੰਘ ਚੁੱਪ ਕਰ ਜਾਂਦਾ, ਕਹਿੰਦਾ ਮੇਰੀ ਇੱਕ ਇੱਛਾ ਹੈ ਜੀ ਪੂਰੀ ਕਰ ਦੇਗਾ। ਕਹਿੰਦਾ ਦੱਸ। ਉਹਨੂੰ ਚਾਹ ਚੜ ਜਾਂਦਾ ਵੀ ਯਾਰ ਮੈਂ ਵੀ ਕੁਝ ਕਰ ਸਕਦਾ ਭਗਤ ਸਿੰਘ ਲਈ, ਹੈ ਨਾ, ਭਗਤ ਲਈ। ਹੁਣ ਉਹ ਮਿੱਤਰ ਬਣ ਗਏ ਭਗਤ ਆ, ਉਹ ਬਾਹਰ ਜਾ ਕੇ ਉਹਦੀ ਘਰ ਵਾਲੀ ਨੂੰ ਗੱਲਾਂ ਸੁਣਾਉਂਦਾ ਹੈ ਇੱਕ ਤਰ੍ਹਾਂ ਦਾ, ਮਤਲਬ ਹੁਣ ਮਤਲਬ ਬੋਗੇ ਨੂੰ ਵੀ ਬਹੁਤ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਵੀ ਆਜ਼ਾਦੀ ਕੀ ਹੁੰਦੀ ਆ, ਵੱਡੇ ਲੀਡਰ ਕੌਣ ਨੇ, ਕੀ ਹੈ ਸਾਰਾ ਕੁਛ। ਕਹਿੰਦਾ ਦੱਸ ਮੈਂ ਕੀ ਕਰਾਂ ਤੇਰੇ ਲਈ। ਫਿਰ ਉਹ ਕਹਿੰਦਾ ਵੀ ਗੱਲ ਪੱਕੀ ਹੋਵੇ ਜੇ ਮੰਨੇਗਾ ਤਾਂ। ਕਹਿੰਦਾ ਹਾਂ 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 ਮੰਨੂਗਾ। ਉਹਦੇ ਹੱਥ ਫੜ ਲੈਂਦਾ ਹੈ, ਕਹਿੰਦਾ ਬੇਬੇ ਇਹਨਾਂ ਇਹਨਾਂ ਹੱਥਾਂ ਦੀ ਪੱਕੀ ਰੋਟੀ ਖਵਾ ਦੇ। ਬੋਗੇ ਦੇ ਹੱਥ ਕੰਬ ਜਾਂਦੇ ਆ। ਕਹਿੰਦਾ ਕੀ ਗੱਲ ਕਹਿਤੀ? ਉਹ ਰੋਣ ਲੱਗ ਜਾਂਦਾ, ਕਹਿੰਦਾ ਕਹਿੰਦਾ ਮੁੱਕਰੀ ਨਾ ਹੁਣ। ਕਹਿੰਦਾ ਸਰਦਾਰ ਇਹ ਤੈਨੂੰ ਪਤਾ ਇਹ ਗੰਦ ਚੁੱਕਦੇ ਆ ਹੱਥ, ਇਹ ਨੀਚ ਬੰਦੇ ਦੇ ਹੱਥ ਨੇ। ਭਗਤ ਸਿੰਘ ਉਹਦਾ ਹੱਥ ਚੁੰਮ ਲੈਂਦਾ, ਕਹਿੰਦਾ ਤੈਨੂੰ ਪਤਾ ਕਿਰਤ ਕਰਦੇ ਆ ਹੱਥ, ਇਹ ਕਿਰਤੀ ਬੰਦੇ ਦੇ ਹੱਥ, ਇਹ ਚੁੰਮਣ ਦੇ ਲਾਇਕ ਨੇ। ਤੇ ਉਹ ਕਹਿੰਦਾ ਵੀ ਹਾਂ, ਕਹਿੰਦਾ ਜਦੋਂ ਤੇਰਾ ਰਾਜ ਆ ਗਿਆ ਫਿਰ ਹੱਥ ਚਾਹੇ ਕਾਸੇ ਜੋਗੇ ਹੋ ਜਾਣਾ। ਫਿਰ ਭਗਤ ਸਿੰਘ ਕਹਿੰਦਾ, ਕਹਿੰਦਾ ਜਦ ਤੱਕ ਇਹ ਹੱਥ ਇਹਨਾਂ ਹੱਥਾਂ ਨਾਲ ਨਹੀਂ ਮਿਲਦੇ ਉਹਨਾਂ ਟਾਈਮ ਕੁਛ ਰਾਜ ਕਿਵੇਂ ਆਜੂਗਾ ਬੋਗਿਆ। ਤੇ ਉਹ ਕਹਿੰਦਾ ਵੀ ਮੈਂ ਸ਼ਾਮੀ ਪੱਕਾ ਲੈ ਕੇ ਆਊਂਗਾ। ਅੱਖਾਂ ਵੀ ਭਰਦੀਆਂ ਨੇ, ਰੋਂਦਾ ਵੀ ਜਾਂਦਾ ਤੇ ਹੱਸਦਾ ਵੀ ਜਾਂਦਾ ਵੀ ਮੇਰੇ ਵੀ ਮੈਨੂੰ ਭਗਤ ਸਿੰਘ ਨੇ, ਮੈਂ ਦੁਨੀਆਂ ਨੂੰ ਦੱਸੂਗਾ ਵੀ ਭਗਤੇ ਨੇ ਮੈਨੂੰ ਕਿਹਾ ਵੀ ਮੈਂ ਰੋਟੀ ਖਵਾ, ਤੇ ਮੈਂ ਰੋਟੀ ਖਵਾਈ ਇਹੋ ਜਿਹੇ ਬੰਦੇ ਨੂੰ। ਤੇ ਉਹ ਹੁਣ ਜਦੋਂ ਚਲਾ ਜਾਂਦਾ ਤੇ ਭਗ ਉਹ ਲੈ ਕੇ ਆਉਂਦਾ, ਖਾਲੀ ਜੇਲ੍ਹ ਹੁੰਦੀ ਆ, ਉਹ ਲੈ ਕੇ ਆਉਂਦਾ, ਉਹ ਭਗਤੇ ਆ ਦੇਖ ਤੇਰੇ ਲਈ ਕੀ ਲੈ ਕੇ ਆਇਆ। ਐਂ ਖੋਲਦਾ ਰੋਟੀਆਂ, ਉਹਦੇ 'ਚ ਚਾਰ ਹੁੰਦਾ, ਚਟਣੀ ਐਂ ਕਰਕੇ ਅੰਬ ਦੀ, ਕਹਿੰਦਾ ਦੇਖ ਮੇਰੀ ਘਰ ਵਾਲੀ ਨੇ ਐਂ ਕਰਕੇ ਅੰਬ ਦੀ ਚਟਣੀ ਨਾਲ ਐਂ ਕਰਕੇ ਅਰਦਾਸ ਕੀਤੀ ਆ ਵੀ ਮਤਲਬ ਜਿਹੜਾ ਹੈਗਾ ਵੀ ਲੰਬੀ ਉਮਰ ਹੋਵੇ ਐਂ ਕਰਕੇ। ਤੇ ਉਹ ਖਾਸੀਆਂ ਗੱਲਾਂ ਬੋਲਦਾ, ਚਾਈ ਚਾਈ ਐਂ ਕਰਕੇ ਰੋਟੀ ਰੱਖਦਾ, ਐਂ ਪਰੋਸਦਾ, ਐਂ ਕਰਕੇ ਧਰ ਦਿੰਦਾ ਉਹਨੂੰ। ਐਂ ਉਹ ਕਿੱਥੇ ਆ, ਕਿੱਧਰ ਲੰਘ ਗਿਆ ਤੂੰ, ਬੜਾ ਚਾਅ ਚੜਿਆ ਉਹਨੂੰ ਐਂ ਭਗਤ ਸਿੰਘ ਸਾਹਮਣੇ ਆਊਗਾ। ਉਹਨੇ ਚਿਰ ਨੂੰ ਪਿੱਛੋਂ ਬੰਦਾ ਆਉਂਦਾ, ਉਹ ਛੋਟਾ ਜੇਲ੍ਹ ਰੱਖਦਾ, ਓਏ ਇੱਥੇ ਕਰਦਾ ਤੂੰ। ਕਹਿੰਦਾ ਉਹ ਕਿੱਥੇ ਹੈ? ਕਹਿੰਦਾ ਕੌਣ? ਕਹਿੰਦਾ ਉਹੀ। ਕਹਿੰਦਾ ਉਹੀ ਯਾਰ ਕੌਣ? ਕਹਿੰਦਾ ਭਗਤ ਸਿੰਘ ਆ। ਕਹਿੰਦਾ ਤੂੰ ਬਹੁਤ ਦੇਰ ਕਰ ਦਿੱਤੀ ਹੈ ਬੋਗਿਆ, ਉਹ ਤਾਂ ਕਦੋਂ ਤੋਂ ਚਲਾ ਗਿਆ ਬਈ। ਉਹਨੂੰ ਨਾਟਕ ਕਰਨੇ ਐਸਾ ਸੀਨ ਲਿਖਿਆ ਵੀ ਉਹਦੇ ਹੱਥ 'ਚ ਰੋਟੀਆਂ ਹੁੰਦੀਆਂ ਨੇ, ਉਹ ਰੋਟੀਆਂ ਨੂੰ ਦੇਖਦਾ ਹੈ, ਉਹਦੀ ਧਾਰ ਨਿਕਲ ਜਾਂਦੀ ਹੈ। ਕਹਿੰਦਾ ਸਰਦਾਰ ਉਹ ਭਗਤ ਆ, ਕਹਿੰਦਾ ਕਰ ਗਏ ਨਾ ਉਹੀ ਗੱਲ। ਅਤੇ ਉਸ ਤੋਂ ਬਾਅਦ ਫਿਰ ਉਹਨੂੰ ਯਾਦ ਆਉਂਦਾ, ਭਗਤ ਸਿੰਘ ਨੇ ਉਹਨੂੰ ਕਿਹਾ ਸੀ ਕਿ ਉਹਨੇ ਕਰਤਾਰ ਸਿੰਘ ਸਰਾਭੇ ਦੀ ਕਵਿਤਾ ਸੁਣਾਈ ਸੀ। ਕਹਿੰਦਾ ਤੈਨੂੰ ਪਤਾ ਮੈਂ ਕਿਉਂ ਆਪਣੀ ਗੱਲ 'ਤੇ ਅੜਿਆ ਰਿਹਾ? ਕਹਿੰਦਾ ਕਿਉਂ? ਕਹਿੰਦਾ ਸਰਾਭੇ ਦੀ ਉਮਰ ਬਹੁਤ ਛੋਟੀ ਸੀ, 18 ਸਾਲ ਸੀ ਸ਼ਾਇਦ, 18-19 ਸੀ। ਕਹਿੰਦਾ ਉਹਨੇ ਕਵਿਤਾ ਲਿਖੀ ਸੀ, ਹਿੰਦ ਵਾਸੀ ਉਹ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ। ਕਹਿੰਦਾ ਮੈਨੂੰ ਉਹ ਭੁੱਲਦਾ ਨਹੀਂ। ਤਾਂ ਉਹਦੇ ਜਿੱਤ 'ਚ ਆਉਂਦਾ ਯਾਰ ਮੈਂ ਫਿਰ ਭਗਤੇ ਨੂੰ ਕਿਵੇਂ ਭੁਲਾ ਸਕਦਾ। ਉਹੀ ਮੁੱਠੀ ਚੱਕਦਾ, ਕਹਿੰਦਾ ਉਹ ਫਿਰ ਬੋਲਦਾ, ਕਹਿੰਦਾ ਇਨਕਲਾਬ ਜ਼ਿੰਦਾਬਾਦ, ਕਹਿੰਦਾ ਹੁਣ ਬੋਗਾ ਵੀ ਤੈਨੂੰ ਕਦੇ ਨਹੀਂ ਭੁਲਾਊਗਾ। ਹੁਣ ਇਹ ਜਿਹੜੀ ਧਾਰਾ ਚੱਲ ਰਹੀ ਹੈ, ਜਿਹੜੇ ਆਈਕਨ ਹੁੰਦੇ ਆ ਸਾਡੇ ਅੱਜ ਦੇ ਸਮੇਂ 'ਚ, ਸਾਡੇ ਆਈਕਨ ਕੀ ਹੈ? ਆਈਕਨ ਬਹੁਤ ਛੋਟੇ ਹੋ ਗਏ। ਆਈਕਨ ਕੌਣ ਨੇ? ਜਿਹਨਾਂ ਨੇ ਦੁਨੀਆਂ 'ਚ ਬਹੁਤ ਜ਼ਿਆਦਾ ਫੇਮ ਗੇਨ ਕਰ ਲਈ, ਦੁਨੀਆਂ ਦੇ ਪ੍ਰਸਿੱਧ ਜੇ ਹੋ ਗਏ, ਪ੍ਰਸਿੱਧ ਹੋ ਗਏ, ਨਹੀਂ ਪ੍ਰਸਿੱਧ। ਉਹ ਦੇਖੋ ਕਿਸੇ, ਇੱਕ ਅੱਛੀ ਗੱਲ ਹੈ ਕਿ ਅਸੀਂ ਕਿਸੇ ਚੰਗੀ ਚੀਜ਼ ਨੂੰ ਪਿਆਰ ਕਰਦੇ ਹਾਂ, ਕਿਸੇ ਨੂੰ ਦੁਨੀਆਂ ਜਾਣਦੀ, ਅਸੀਂ ਉਹਨੂੰ ਜਾਣਦੇ, ਉਹਨੂੰ ਪਿਆਰ ਕਰਦੇ ਹਾਂ, ਪਰ ਕੀ ਜ਼ਿੰਦਾ ਰਹਿਣ ਲਈ ਇਹ ਸਾਰਾ ਕੁਝ ਜ਼ਰੂਰੀ ਹੈ? ਕੀ ਇਹਦੇ ਬਿਨਾਂ ਅਸੀਂ ਮਰ ਜਾਵਾਂਗੇ? ਜਦੋਂ ਅਸੀਂ ਇਹਨਾਂ ਲੋਕ ਸਾਡੇ ਚਿੱਤ 'ਚ ਕਹਿੰਦੇ, ਅਸੀਂ ਜਿਹਨਾਂ ਜਿਹੜੀਆਂ ਕਹਾਣੀਆਂ ਸਾਡੇ, ਕਿਸੇ ਬੰਦੇ ਨੇ ਕਿਹਾ ਸੀ, ਕਹਿੰਦਾ ਵੀ ਤੁਸੀਂ ਤੁਹਾਨੂੰ ਸਾਨੂੰ ਆਪਣੇ ਗੀਤ ਸੁਣਾ ਦਿਉ, ਮੈਂ ਤੁਹਾਡੇ ਮੁੰਡਿਆਂ ਦਾ, ਤੁਹਾਡੇ ਨੌਜਵਾਨ ਦਾ ਭਵਿੱਖ ਦੱਸ ਦੂੰਗਾ ਕੀ ਹੈ, ਤੁਹਾਡੇ ਗੀਤ ਦੱਸੋ, ਤੁਹਾਡੀ ਨੌਜਵਾਨੀ ਦੇ ਮੂੰਹ 'ਤੇ ਤੁਹਾਡੇ ਜ਼ਬਾਨ 'ਤੇ ਗੀਤ ਕਿਹੜੇ ਨੇ? ਜੇ ਸਾਡੇ ਚਿੱਤ ਦੇ ਵਿੱਚ ਕਰਤਾਰ ਸਿੰਘ ਸਰਾਭਾ ਹੋਊਗਾ, ਭਗਤ ਸਿੰਘ ਹੋਊਗਾ, ਜੇ ਆਪਣੀ ਸਿੱਖ ਹਿਸਟਰੀ ਦੇ ਵਿੱਚ ਆਪਾਂ ਦੇਖੀਏ ਤਾਂ ਆਪਣੇ ਜਿੰਨੇ ਗੁਰੂ ਸਾਹਿਬਾਨ ਸੀ ਸਾਰਿਆਂ ਨੇ ਐਗਜ਼ੈਂਪਲ ਦਿੱਤੀ ਹੈ। ਮਤਲਬ ਇਸ ਤੋਂ ਵੀ ਪਾਰ ਜੇ ਹੋਰਾਂ ਧਰਮਾਂ 'ਚ ਵੀ ਦੇਖੀਏ, ਈਸਾ ਜਿਹੜਾ ਹੈ, ਈਸਾ ਨੇ ਸੂਲੀ 'ਤੇ ਚੜ੍ਹ ਕੇ ਜਿਹੜੀ ਹੈਗੀ ਸੀ, ਕਿੰਨੇ ਲੋਕਾਂ ਨੂੰ ਲਈ ਆਜ਼ਾਦੀ ਦਾ ਰਾਹ ਬਣਿਆ। ਮਤਲਬ ਕਿਸੇ ਧਰਮ ਦਾ, ਕਿਸੇ ਫਲਸਫੇ ਦਾ, ਕਿਸੇ ਜ਼ਾਤ ਦਾ ਮਸਲਾ ਹੈ ਨਹੀਂ, ਮਸਲਾ ਇਹ ਹੈ ਕਿ ਇਸ ਸਾਰੀ ਧਰਤੀ ਨੂੰ ਅਸੀਂ ਜਿਉਣ ਯੋਗਾ ਕਿਵੇਂ ਕਰੀਏ, ਕਿ ਸਾਰੇ ਜਣੇ ਰਲ ਮਿਲ ਕੇ ਖਾ ਸਕਦੇ ਹੋਣ, ਕੋਈ ਉੱਚਾ ਨੀਵਾਂ ਨਾ ਹੋਵੇ, ਕੋਈ ਜ਼ਾਤ ਪਾਤ ਭੇਦਭਾਵ ਧਰਮ ਕਲਾਸਿਜ਼ਮ ਇਹ ਧਰਮਾਂ ਦੇ ਪਾੜੇ ਆਪਸ ਦੇ ਵਿੱਚ ਉੱਚੇ ਨੀਵੇਂ ਵਾਲੇ ਨਾ ਹੋਣ, ਅਸੀਂ ਸਾਰੇ ਇੱਕ ਬੰਦੇ ਵਜੋਂ ਪੈਦਾ ਹੋਏ ਹਾਂ, ਬੰਦੇ ਵਜੋਂ ਇਸ ਧਰਤੀ ਨੂੰ ਮਾਣ ਸਕੀਏ, ਖੁਸ਼ੀ ਆਨੰਦ ਸਾਰਿਆਂ ਨੂੰ ਮਿਲ ਸਕੇ। ਇਹ ਨਾ ਹੋਵੇ ਕਿ ਇੱਕ ਬੰਦਾ ਸਾਰੀ ਉਮਰ ਇੱਕ ਰੋਟੀ ਦੀ ਖਾਤਰ ਹੀ ਜਿਹੜਾ ਹੈਗਾ ਸੀ ਆਪਣਾ ਬੱਚਾ ਵੇਚ ਦੇਵੇ। ਗੱਲ ਅੱਜ ਕੱਲ੍ਹ ਕਿੰਨੀਆਂ ਖਬਰਾਂ ਆਉਂਦੀਆਂ, ਕਿਸੇ ਨੇ ਆਪਣੇ ਬੱਚੇ ਨੂੰ ਨਿਲਾਮ ਕੀਤਾ,
किसी ने आह घटना वापरी, किसी ने कुछ किया, मतलब प्रोस्टीट्यूट वाला जो मसला हो बेसवाग जिन्होंने आप कह दें बुरी गल है, तो वह मतलब एक चीज़ा क्यों आ रही ने, क्यों जिहड़ी गल भगत सिंह ने कही कि वह कहना कि दो धड़िया दो हिस्सों में दुनिया वंडी खलकत वंडी, हाँ महिला की एक टोकों की, दो धड़िया में खलकत वंडी, एक लोगों की एक जोकों की। हुण की होई जांदा कि कुछ कु लोगों का दबदबा होई जांदा, हुण वह समा नहीं हैगा कि असी कही मैं पंजाब दे लैवल से सोचा जां इंडिया दे लैवल से सोचा। हुण वह गल भगत सिंह ने कही सी कि पूरी दुनिया के लोगों को यह सोचना पेगा कि भाई तुसी जिउणा है ते तुसी सारे जने अलग अलग भाषावां वाले अलग अलग जातां अलग अलग धर्म वाले तुसी मिल के सोचो भी हुण आपां इहो जिहा की करिए कि साडे हिस्से की जमीन साडे हिस्से की धरती साडे हिस्से के गीत साडे हिस्से के फुल साडे हिस्से का समान सारा कुछ वो कित्थे है, असीं मंगीए जी ते मंगीए नहीं डांग दे जोर नाल लईए। ਤਾਂ ਕਰਕੇ ਜੇ ਸਾਡੇ ਚਿੱਤ ਚ ਭਗਤ ਸਿੰਘ ਹੈ ਨਾ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਅੱਜ ਦੇ ਸਮੇਂ ਚ ਆਹ ਰੀਲਾ ਰੋਲਾ ਘਟਣ ਦੇ ਨਾਲ ਬੰਦਾ ਜਿਹੜਾ ਹੈਗਾ ਸੀ। ਬਹੁਤ ਬਹੁਤ ਸ਼ੁਕਰੀਆ ਬਲਵਿੰਦਰ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਬੁੱਕਮਾਰਕ ਦੇ ਵਿੱਚ ਤੇ ਇਸ ਨਾਟਕ ਨੂੰ ਡਿਸਕਸ ਕੀਤਾ, ਬਹੁਤ ਬਹੁਤ ਸ਼ੁਕਰੀਆ। ਲਓ ਜੀ, ਬੁੱਕਮਾਰਕ ਪ੍ਰੋਗਰਾਮ ਦੇ ਵਿੱਚ ਦਵਿੰਦਰ ਦਮਨ ਹੋਣਾ ਦਾ ਨਾਟਕ ਛਿਪਣ ਤੋਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਪਿੰਡਾਂ ਦੇ ਵਿੱਚ, ਜੇਕਰ ਨਹੀਂ ਦੇਖਿਆ ਤਾਂ ਜ਼ਰੂਰ ਬਲਵਿੰਦਰ ਬੁਲਟ ਹੋਣਾ ਨੂੰ ਬੁਲਾਓ, ਇਹਨਾਂ ਦੀ ਟੀਮ ਨਾਟਕ ਨੂੰ ਪਰਫਾਰਮ ਕਿਸੇ ਨੂੰ ਵੀ ਬੁਲਾਓ, ਪਰ ਨਾਟਕ ਜ਼ਰੂਰ ਦੇਖੋ, ਨਾਟਕ ਨਹੀਂ ਦੇਖਣਾ ਤਾਂ ਪੜ੍ਹ ਵੀ ਸਕਦੇ, ਪਰ ਨਾਟਕ ਇੱਕ ਦੇਖਣ ਵਾਲੀ ਕਲਾ, ਜੇ ਤੁਸੀਂ ਦੇਖੋਗੇ ਉਹ ਸਮਝ ਜ਼ਿਆਦਾ ਆਏਗਾ। ਤਾਂ ਤੁਸੀਂ ਪੰਜਾਬ 'ਚ ਬਹੁਤ ਸਾਰੀਆਂ ਟੀਮਾਂ ਇਸ ਨਾਟਕ ਨੂੰ ਪਰਫਾਰਮ ਕਰਦੀਆਂ ਨੇ, ਵਿਚਾਰਧਾਰਾ ਦੇ ਨਾਲ ਜੁੜੋਗੇ, ਭਗਤ ਸਿੰਘ ਨੂੰ ਸਮਝ ਸਕੋਗੇ ਅਤੇ ਮੋਗੇ ਨਾਲ ਕੀ ਰਿਸ਼ਤਾ ਹੈਗਾ ਉਸ ਨੂੰ ਵੀ ਸਮਝ ਸਕੋਗੇ। ਬਹੁਤ ਬਹੁਤ ਸ਼ੁਕਰੀਆ, ਇਸ ਤਰ੍ਹਾਂ ਦੇਖਦੇ ਰਹੋ ਸਾਡਾ ਇਹ ਪ੍ਰੋਗਰਾਮ ਬੁੱਕਮਾਰਕ, ਕੈਮਰਾਮੈਨ ਮਲਕੀਤ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਨਾਲ। ਥੈਂਕ ਯੂ।